ਜਿਹੜੀ ਕਹਾਣੀਆਂ ਹੁੰਦੀਆਂ ਉਹ ਸਮਾਜ ਦੀਆਂ ਕਰੂਤੀਆਂ ਦੇ ਵਿੱਚੋਂ ਨਿਕਲਦੀ ਹੈ, ਸਮਾਜ ਦੇ ਵਿੱਚੋਂ ਹੀ ਨਿਕਲਦੀ ਹੈ। ਸੋ ਨੂਰੀ ਵੀ ਓਬਵੀਅਸਲੀ ਸਮਾਜ ਦੇ ਵਿੱਚੋਂ ਨਿਕਲੀ ਹੋਈ ਹੈ। ਇਹ ਕਹਾਣੀ ਤੁਹਾਡੇ ਜ਼ਿਹਨ ਦੇ ਵਿੱਚ ਕਦੋਂ ਆਈ ਸੀ? ਕਰੰਟ ਸਿਚੁਏਸ਼ਨ ਜੋ ਹੋ ਰਿਹਾ ਮੈਂ ਉਹ ਲਿਖਦਾ ਹੈਗਾ। ਅੱਗੋਂ ਵੀ ਮੇਰੀਆਂ ਜੋ ਮੂਵੀਜ਼ ਆ ਰਹੀਆਂ ਨੇ ਉਹ ਕਰੰਟ ਜੋ ਸਿਚੁਏਸ਼ਨਸ ਹੈ ਉਹਨਾਂ ਦੇ ਉੱਪਰ ਹੀ ਆਉਂਦੀਆਂ। ਹੁਣ ਕਈ ਐਕਟਰਸ ਨਾਲ ਕਈ ਆਈ ਪ੍ਰੋਬਲਮ, ਲੇਕਿਨ ਉਹ ਟਿਊਨਿੰਗ ਬਣ ਗਈ ਫਿਰ ਠੀਕ ਹੋ ਗਿਆ ਸੀ। ਪਰ ਦੈਟ ਵਾਜ ਪੇਨਫੁਲ, ਮੈਨੂੰ ਬਹੁਤ ਫੀਲ ਹੁੰਦਾ ਜਦੋਂ ਕੋਈ ਇਸ ਤਰ੍ਹਾਂ ਚੀਜ਼ ਗੱਲ ਕਮਿਟ ਕਰਕੇ ਨਾ ਕਰੇ ਜਾਂ ਕੁਛ ਉਸ ਚੀਜ਼ 'ਤੇ, ਮਤਲਬ ਵੈਲਿਊਸ ਹੋਣੀਆਂ ਚਾਹੀਦੀਆਂ। ਮੈਂ ਆਈ ਐਮ ਪੇਇੰਗ ਯੂ, ਮੈਂ ਤੁਹਾਡਾ ਜੋ ਅਮਾਊਂਟ ਤੁਹਾਨੂੰ ਦੇ ਰਿਹਾ ਹੈਗਾ ਵਾ, ਤੁਸੀਂ ਉਸ ਦਿਨ ਕੰਮ ਕਰੋ ਉਸ ਅਮਾਊਂਟ 'ਚ। ਪ੍ਰੋਬਲਮ ਵੀ ਆਉਂਦੀ ਹੈ, ਬੜਾ ਅੱਗੇ ਪਿੱਛੇ ਵੀ ਹੋ ਜਾਂਦਾ ਹੈ। ਮੈਂ ਬੱਚਿਆਂ ਨੂੰ ਬੜਾ ਮਿਲਦਾ ਹੈਗਾ। ਮੈਂ ਉੱਥੇ ਜਦੋਂ 7 ਸਾਲ ਪਹਿਲਾਂ ਗਿਆ ਸੀ, ਮੈਂ ਉੱਥੇ ਜੋਬ ਵੀ ਕੀਤੀ, ਲੇਬਰ ਜੋਬ ਕੀਤੀ ਸੀ, ਕਿਉਂਕਿ ਮੇਰੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਸੀ। ਮੈਂ ਰੱਬ ਨੇ ਮੈਨੂੰ ਐਸਾ ਦਿਨ ਦਿਖਾ ਦਿੱਤਾ ਜਿਹੜਾ ਮੈਂ ਕਦੀ ਸੋਚਿਆ ਹੀ ਨਹੀਂ ਸੀ। ਮੇਰੇ ਡਾਊਨਫਾਲ ਦੇ ਵਿੱਚ ਇੱਦਾਂ ਗਿਰਿਆ, ਜਿੱਦਾਂ ਬਣਾਉਣ ਨੂੰ, ਅੰਪਾਇਰ ਬਣਾਉਣ ਨੂੰ ਬਹੁਤ ਟਾਈਮ ਲੱਗਾ, ਲੇਕਿਨ ਗਿਰਿਆ ਇੱਦਾਂ ਇੰਨੇ ਸ਼ੋਰਟ ਟਾਈਮ 'ਚ ਰੋਡ 'ਤੇ ਆ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਐਂਡ ਬਾਲੀਵੁੱਡ ਤੜਕਾ ਪੰਜਾਬੀ। ਮੈਂ ਤੁਹਾਡੇ ਨਾਲ ਨੇਹਾ ਮਨਹਾਸ, ਔਰ ਅੱਜ ਪੰਜਾਬੀ ਇੰਡਸਟਰੀ ਦੀ ਉਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਪਿਛਲੇ 14-15 ਸਾਲਾਂ ਤੋਂ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਉਹ ਬਤੌਰ ਡਾਇਰੈਕਟਰ, ਰਾਈਟਰ, ਐਕਟਰ ਔਰ ਪ੍ਰੋਡਿਊਸਰ ਵਜੋਂ ਇਸ ਇੰਡਸਟਰੀ ਦੇ ਨਾਲ ਕੰਮ ਕਰ ਰਹੇ ਨੇ। ਬਹੁਤ ਸਾਰੀ ਸ਼ਾਰਟ ਫਿਲਮਸ, ਬਹੁਤ ਸਾਰੀ ਟੈਲੀਫਿਲਮਸ ਉਹਨਾਂ ਦੀ ਆਈ ਹੈ। ਕੰਟਰੋਲ ਭਾਜੀ ਕੰਟਰੋਲ ਫੀਚਰ ਫਿਲਮ ਉਹਨਾਂ ਦੀ ਆਈ ਸੀ ਐਜ਼ ਅ ਐਗਜ਼ੀਕਿਊਟਿਵ ਪ੍ਰੋਡਿਊਸਰ। ਤੁਸੀਂ ਉਹ ਵੀ ਫਿਲਮ ਵੇਖੀ, ਉਸਨੂੰ ਬਹੁਤ ਪਿਆਰ ਦਿੱਤਾ ਸੀਗਾ। ਸੋ ਸਾਡੇ ਨਾਲ ਨੇ ਪਰਮਜੀਤ ਖਨੇਜਾ ਜੀ, ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦੇ ਸਫ਼ਰ ਬਾਰੇ ਜ਼ਰੂਰ ਜਾਣਾਂਗੇ, ਔਰ ਉਹਨਾਂ ਦੀ ਨੂਰੀ 2 ਜਿਹੜੀ ਟੈਲੀਫਿਲਮ ਹੈ ਉਹ ਦੁਬਾਰਾ ਆਉਣ ਵਾਲੀ ਹੈ, ਉਸ ਦੇ ਬਾਰੇ ਵੀ ਜਿਹੜੀ ਹੈ ਗੱਲਬਾਤ ਕਰਾਂਗੇ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ, ਜਗਬਾਣੀ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਭ ਤੋਂ ਪਹਿਲਾਂ ਤਾਂ ਮੈਂ ਅਵਿਨਾਸ਼ ਚੋਪੜਾ ਜੀ ਨੂੰ ਥੈਂਕਫੁਲ ਹਾਂ, ਬਹੁਤ ਥੈਂਕਫੁਲ ਹਾਂ। ਉਹ ਮੇਰੇ ਬਹੁਤ ਪੁਰਾਣੇ ਦੋਸਤ ਨੇ, 30-35 ਸਾਲ ਦੇ, ਅਤੇ ਉਹਨਾਂ ਨਾਲ ਮੇਰੇ ਬਿਜ਼ਨਸ ਰਿਲੇਸ਼ਨ ਵੀ ਨੇ ਅਤੇ ਪਰਸਨਲ ਵੀ ਨੇ, ਅਤੇ ਬਹੁਤ ਇੱਜ਼ਤ ਮਾਨ ਦਿੱਤਾ ਹੈ। ਤੁਹਾਨੂੰ ਸਪੈਸ਼ਲ ਇੱਥੇ ਭੇਜਿਆ ਗਿਆ ਚੰਡੀਗੜ੍ਹ 'ਚ, ਥੈਂਕ ਯੂ ਵੈਰੀ ਮੱਚ। ਹਾਂਜੀ, ਤੁਸੀਂ ਪੁੱਛੋ ਕਿ ਜੀ। ਸੋ ਮੈਂ ਨੂਰੀ 2 ਦੀ ਗੱਲ ਕੀਤੀ ਹੈ। ਨੂਰੀ ਪਹਿਲਾਂ 2023 ਦੇ ਵਿੱਚ ਜਿਹੜੀ ਹੈ ਉਹ ਟੈਲੀਫਿਲਮ ਆਈ ਸੀਗੀ। ਬਹੁਤ ਵੱਡੇ ਵੱਡੇ ਨਾਮ ਇੰਡਸਟਰੀ ਦੇ, ਸੀਮਾ ਕੌਸ਼ਲ ਜੀ, ਹੈ ਨਾ, ਮਲਕੀਤ ਰੋਨੀ ਹੋਣੀ, ਤੁਸੀਂ ਆਪ ਉਹਦੇ ਵਿੱਚ ਐਕਟ ਕੀਤਾ, ਲਿਖੀ ਵੀ ਤੁਸੀਂ ਸੀ, ਡਾਇਰੈਕਟ ਵੀ ਤੁਸੀਂ ਕੀਤੀ, ਔਰ ਪ੍ਰੋਡਿਊਸ ਓਬਵੀਅਸਲੀ ਤੁਸੀਂ ਕੀਤੀ ਹੈ। ਸੋ ਹੁਣ ਨੂਰੀ 2 ਆਉਣ ਵਾਲੀ ਹੈ। ਸੋ ਇੱਕ ਬਲਾਇੰਡ ਲੜਕੀ ਦੀ ਕਹਾਣੀ ਸੀਗੀ ਕਿ ਸੋਸਾਇਟੀ ਦੇ ਵਿੱਚ ਉਹਦੇ ਨਾਲ ਕਿਸ ਤਰ੍ਹਾਂ ਮਾੜਾ ਹੁੰਦਾ, ਹਾਲਾਂਕਿ ਉਹ ਡਿਸੇਬਲ ਸੀਗੀ, ਬਟ ਫਿਰ ਵੀ ਕਿਸੇ ਨੇ ਉੱਤੇ ਤਰਸ ਨਹੀਂ ਕੀਤਾ ਅਤੇ ਉਹਦੇ ਨਾਲ ਜਿਹੜੀ ਹੈ ਇੱਕ ਗਲਤ ਜਿਹੜੀ ਚੀਜ਼ ਹੈ ਉਹ ਹੋ ਜਾਂਦੀ ਹੈ। ਸੋ ਹੁਣ ਨੂਰੀ 2 ਓਬਵੀਅਸਲੀ ਉਹਦੀ ਹੀ ਜਿਹੜੀ ਕੰਟੀਨਿਊਟੀ ਦੇ ਵਿੱਚ ਸਟੋਰੀ ਹੋਏਗੀ। ਸੋ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਕਹਾਣੀ ਬਾਰੇ। ਹਾਂਜੀ, ਜਦੋਂ ਮੈਂ ਪਹਿਲੀ ਫਿਲਮ ਬਣਾਈ ਸੀ, ਜਦੋਂ ਜ਼ਿਆਦਾ ਲੰਬੀ ਹੋ ਰਹੀ ਸੀ, ਫਿਰ ਮੈਂ ਡਿਸਾਈਡ ਕੀਤਾ ਇਹਨੂੰ 1 ਘੰਟੇ ਦੀ ਬਣਾ ਦੇਣਾ ਅਤੇ ਨੈਕਸਟ ਪਾਰਟ ਅਸੀਂ ਉਸ ਤੋਂ ਬਾਅਦ ਬਣਾਵਾਂਗੇ ਜੀ। ਅਤੇ ਉਹ ਫਿਰ ਅਸੀਂ 1 ਘੰਟੇ 'ਤੇ ਪਹੁੰਚ ਗਏ ਅਤੇ ਉੱਥੇ ਅਸੀਂ ਕੋਈ ਐਂਡ ਨਹੀਂ ਕੀਤਾ, ਉੱਥੇ ਨਾਲ ਲਿਖਿਆ ਗਿਆ ਸੀ ਟੂ ਬੀ ਕੰਟੀਨਿਊਡ। ਥੋੜ੍ਹਾ ਟਾਈਮ ਦਾ ਗੈਪ ਪੈ ਗਿਆ ਹੈਗਾ ਵੇ, ਲੇਕਿਨ ਮੈਂ ਉਹਦੀ ਫਿਲਮ ਦੀ ਨੂਰੀ ਰਿਟਰਨਸ ਆ ਰਹੀ ਹੈ। ਹਾਂਜੀ, ਔਰ ਇਹ ਮੈਂ ਪਾਤੜਾਂ 'ਚ ਸ਼ੂਟਿੰਗ ਕੀਤੀ ਹੈ ਜੀ 10-15-20 ਦਿਨ ਪਹਿਲਾਂ, ਔਰ ਸਾਰੇ ਹੀ ਬੜੇ ਅੱਛੇ ਐਕਟਰ ਲਏ ਨੇ, ਸਟੋਰੀ ਬਹੁਤ ਲਿਖੀ ਗਈ, ਵਧੀਆ ਅੱਛੀ ਲਿਖੀ ਗਈ ਸਟੋਰੀ। ਅਤੇ ਮੈਂ ਉਹਦੇ 'ਚ ਮਤਲਬ ਕਿ ਇਹ ਚਾਹੁੰਦਾ ਸੀ ਕਿ ਇਹ ਜਿਹੜਾ ਪ੍ਰੋਜੈਕਟ ਹੈ ਉਸ ਤੋਂ ਹੋਰ ਵਧੀਆ ਬਣੇ ਪ੍ਰੋਜੈਕਟ। ਬੜੀ ਮਿਹਨਤ ਕੀਤੀ ਇਹਦੇ ਉੱਤੇ, ਮੇਰੇ ਨਾਲ ਅਸਿਸਟੈਂਟ ਵੀ ਨੇ, ਉਹਨਾਂ ਨੇ ਬੜੀ ਮਿਹਨਤ ਕੀਤੀ ਹੈ, ਖਾਸ ਕਰਕੇ ਖੁਸ਼ਬੂ ਸ਼ਰਮਾ ਨੇ,
ਤੋ ਉਹਦੇ 'ਚ ਮਤਲਬ ਕਿ ਅਸੀਂ ਇੱਕ ਲੋਕੇਸ਼ਨ ਵੀ ਬੜੀ ਵਧੀਆ ਚਾਹੁੰਦੇ ਸੀ ਅਤੇ ਉਹ ਸਾਨੂੰ ਬੜੀ ਵਧੀਆ ਲੋਕੇਸ਼ਨ ਮਿਲ ਗਈ ਮੇਰੇ ਦੋਸਤ ਨੇ ਠਾਕੁਰ ਸਿੰਘ ਮਨਾਸ ਮਨੇਸ ਉਹਨਾਂ ਨੇ ਮੈਨੂੰ ਕਿਹਾ ਤਾ ਤੂੰ ਇੱਥੇ ਸ਼ੂਟਿੰਗ ਕਰ ਲੈ। ਮੈਂ ਜਦੋਂ ਗਿਆ 4 ਦਿਨ ਪਹਿਲਾਂ ਮੈਂ ਗਿਆ ਸੀ, ਸਾਡੀਆਂ ਲੋਕੇਸ਼ਨਸ ਹੋਰ ਸੀ, ਮੈਂ ਜਾ ਕੇ ਦੇਖੀਆਂ ਤਾਂ ਇੰਨੀ ਮੈਨੂੰ ਅੱਛੀ ਲੋਕੇਸ਼ਨ ਲੱਗੀ ਅਤੇ ਉਸ ਮੈਂ ਕਿਹਾ ਸੀ ਇੱਥੇ ਸਾਨੂੰ ਬਹੁਤ ਸੂਟ ਕਰੇਗੀ। ਅਸੀਂ ਵਿਧੀ ਨੇ ਵੀ ਕਿ ਸਾਰਾ ਅਰੇਂਜਮੈਂਟ ਕੀਤੇ, ਸਾਰੀ ਟੀਮ ਲੈ ਕੇ ਉੱਥੇ ਪਹੁੰਚ ਗਏ। ਜਿਹੜੀ ਕਹਾਣੀਆਂ ਹੁੰਦੀਆਂ ਉਹ ਸਮਾਜ ਦੀਆਂ ਕੁਰੀਤੀਆਂ ਦੇ ਵਿੱਚੋਂ ਨਿਕਲਦੀ ਹੈ, ਸਮਾਜ ਦੇ ਵਿੱਚੋਂ ਹੀ ਨਿਕਲਦੀ ਹੈ। ਸੋ ਨੂਰੀ ਵੀ ਓਬਵੀਅਸਲੀ ਸਮਾਜ ਦੇ ਵਿੱਚੋਂ ਨਿਕਲੀ ਹੋਈ ਹੈ, ਇਹ ਕਹਾਣੀ ਤੁਹਾਡੇ ਜ਼ਿਹਨ ਦੇ ਵਿੱਚ ਕਦੋਂ ਆਈ ਸੀ? ਦੇਖੋ ਮੈਂ ਜਿਹੜੀਆਂ ਵੀ ਕਹਾਣੀਆਂ ਲਿਖਦਾ, ਜੋ ਵੀ ਬਣਾਉਂਦਾ ਵਾਂ, ਉਹਦੇ 'ਚ ਜੋ ਸੱਚਾਈ ਹੈ, ਜੋ ਮੈਂ ਚੀਜ਼ਾਂ ਦੇਖਦਾ ਵਾਂ, ਜਿੱਥੇ ਮੈਨੂੰ ਬੜਾ ਦਰਦ ਹੁੰਦਾ ਵੇ ਵੀ ਇੱਥੇ ਇਹ ਇਨਸਾਫ਼ ਨਹੀਂ ਹੋ ਰਿਹਾ, ਬੇਇਨਸਾਫ਼ੀ ਹੋ ਰਹੀ ਹੈ। ਅੱਜ ਕੱਲ੍ਹ ਪਾਵਰਫੁੱਲ ਜਿਹੜੇ ਬੰਦੇ ਨੇ ਉਹ ਆਪਣੇ ਪੈਸੇ ਨਾਲ, ਆਪਣੀ ਪਾਵਰ ਦੇ ਨਾਲ ਹਰ ਚੀਜ਼ ਨੂੰ ਦਬਾ ਦਿੰਦੇ ਨੇ। ਉਸ ਫਿਲਮ 'ਚ ਵੀ ਇੱਕ ਮੰਤਰੀ ਦਾ ਮੁੰਡਾ ਸੀ, ਉਹਦੇ ਨਾਲ ਦੋਸਤ ਸੀ, ਉਹਨਾਂ ਨੇ ਇੱਕ ਗਰੀਬ ਲੜਕੀ, ਅੰਨੀ ਲੜਕੀ ਸੀ, ਉਹਦੇ ਨਾਲ ਜ਼ਬਰਦਸਤੀ ਕੀਤੀ, ਜਿਹੜੀ ਕਿ ਉਹ ਬਹੁਤ ਹੀ ਬੇਇਨਸਾਫ਼ੀ ਹੋਈ ਹੈ। ਉਸ 'ਤੇ ਫਿਰ ਮੈਂ ਸਾਰਾ ਕੰਸੈਪਟ ਲਿਖਿਆ ਸੀ ਜੀ। ਤੁਹਾਡੀ ਹੋਰ ਵੀ ਜਿਵੇਂ ਮੈਂ ਕਿਹਾ ਕਿ ਸ਼ਾਰਟ ਫਿਲਮ ਜਾਂ ਟੈਲੀਫਿਲਮ ਆਈਆਂ ਹੋਈਆਂ ਨੇ, ਤੁਸੀਂ ਜ਼ਿਆਦਾ ਕਿਸ 'ਚ ਆਪ, ਕਿਉਂਕਿ ਤੁਸੀਂ ਲਿਖਦੇ ਹੋ, ਤੁਸੀਂ ਹੱਡ ਬੀਤੀ 'ਤੇ ਜ਼ਿਆਦਾ ਲਿਖਦੇ ਹੋ ਜਾਂ ਫਿਰ ਜੱਗ ਬੀਤੀ 'ਤੇ? ਮੈਂ ਜੱਗ ਬੀਤੀ 'ਤੇ ਜ਼ਿਆਦਾ ਲਿਖਦਾ, ਕਰੰਟ ਸਿਚੁਏਸ਼ਨ ਜੋ ਹੋ ਰਿਹਾ ਮੈਂ ਉਹ ਲਿਖਦਾ ਹੈਗਾ। ਅੱਗੋਂ ਵੀ ਮੇਰੀਆਂ ਜੋ ਮੂਵੀ ਸਾਰੀਆਂ ਨੇ ਉਹ ਕਰੰਟ ਜੋ ਸਿਚੁਏਸ਼ਨਸ ਹੈ ਉਹਨਾਂ ਦੇ ਉੱਪਰ ਹੀ ਆਉਣਗੀਆਂ ਮੋਸਟਲੀ। ਮੈਂ ਇੱਦਾਂ ਕਿਹਾ ਕਿ ਸਟਾਰਟਿੰਗ ਦੇ ਵਿੱਚ ਕਿ ਟੈਲੀਫਿਲਮਸ ਤੁਸੀਂ ਲਿਖੀਆਂ ਹੋਈਆਂ ਨੇ, ਬਣਾਈਆਂ ਹੋਈਆਂ ਨੇ, ਔਰ ਸ਼ਾਰਟ ਫਿਲਮਸ ਵੀ ਬੜੇ ਸਾਰੇ ਲੋਕਾਂ ਨੂੰ, ਜ਼ਿਆਦਾਤਰ ਮੈਨੂੰ ਪਤਾ ਕਿ ਲੋਕਾਂ ਨੂੰ ਫੀਚਰ ਫਿਲਮਸ ਦਾ ਜ਼ਿਆਦਾ ਪਤਾ ਹੋਏਗਾ ਜਾਂ ਸ਼ਾਰਟ ਫਿਲਮਸ ਦਾ ਜਾਂ ਫਿਰ ਡਾਕੂਮੈਂਟਰੀਜ਼ ਦਾ ਜ਼ਿਆਦਾ ਪਤਾ ਹੋਏਗਾ, ਟੈਲੀਫਿਲਮਸ ਮੈਂ ਚਾਹੂੰਗੀ ਤੁਸੀਂ ਲੋਕਾਂ ਨੂੰ ਦੱਸੋ ਕਿ ਟੈਲੀਫਿਲਮਸ ਹੁੰਦੀ ਕੀ ਹੈ। ਟੈਲੀਫਿਲਮ ਦੇਖੋ ਜੀ ਇੱਦਾਂ ਹੈ ਜੀ, ਉਹ ਵੀ ਇੱਕ ਪਾਰਟ ਹੈਗਾ, ਉਹਦੇ 'ਚ ਡਿਊਰੇਸ਼ਨ ਸਿਰਫ 1 ਘੰਟੇ ਦੀ ਹੁੰਦੀ ਹੈ, ਕਿਉਂਕਿ ਮੈਂ ਆਪਣੇ ਇੱਕ ਆਪਣੇ ਬਜਟ 'ਚ ਚੱਲਦਾ ਵਾਂ, ਮੇਰਾ ਜੋ ਬਜਟ ਹੈਗਾ ਮੈਂ ਉਹਦੇ 'ਚ ਹੀ ਕੰਮ ਕਰਦਾ। ਫੀਚਰ ਫਿਲਮ ਦਾ ਮੇਰਾ ਕੋਈ ਬਜਟ ਨਹੀਂ ਹੈਗਾ, ਨਾ ਹੀ ਮੈਂ ਉਹ ਕਰ ਸਕਦਾ ਹੈਗਾ ਵਾਂ, ਲੇਕਿਨ ਮੇਰੇ ਅੰਦਰ ਜੋ ਚੀਜ਼ਾਂ ਮੈਨੂੰ ਦਰਦ ਪੈਦਾ ਕਰਦੀਆਂ ਨੇ, ਮੇਰੇ ਅੰਦਰ ਜੋ ਜਲਨ ਹੈ ਜਦੋਂ ਮੈਂ ਕੋਈ ਚੀਜ਼ ਦੇਖਦਾ ਵਾਂ, ਮੇਰੇ ਉਹ ਆਈਡੀਆ ਦਿਮਾਗ 'ਚ ਫਿਕਸ ਹੋ ਜਾਂਦਾ ਹੈ ਕਿ ਮੈਂ ਹੁਣ ਇਸ 'ਤੇ ਫਿਲਮ ਬਣਾਵਾਂਗਾ। ਸੋ ਮੈਂ ਇਸ ਕਰਕੇ 1 ਘੰਟੇ ਦੀ ਰੱਖੀ, ਮੇਰੇ ਬਜਟ 'ਚ ਵੀ ਆ ਜਾਂਦੀ ਹੈਗੀ, ਲੋਕਾਂ ਨੂੰ ਵੀ ਟਾਈਮ ਠੀਕ ਮਿਲ ਜਾਂਦਾ 1 ਘੰਟੇ ਦੇ ਦੇਖ ਲੈਂਦੇ ਨੇ। ਵੈਸੇ ਅੱਜ ਕੱਲ੍ਹ ਲੋਕਾਂ ਕੋਲ ਟਾਈਮ ਤਾਂ ਹੈ ਨਹੀਂ, ਪਰ ਜਦੋਂ ਠੀਕ ਜੇ ਸਟਾਰਟ ਹੁੰਦੀ ਜਾਂ ਪਤਾ ਲੱਗਦਾ ਵੀ ਇਹਨਾਂ ਦੀ ਫਿਲਮ ਆ ਰਹੀ ਹੈ, ਉਹ ਜ਼ਰੂਰ ਦੇਖਦੇ ਨੇ। ਹੁਣ ਇਹ 'ਚ ਮੈਨੂੰ ਬਹੁਤ ਹੀ ਵਧੀਆ ਰਿਸਪੋਂਸ ਮਿਲਿਆ ਨੂਰੀ 1 'ਚ, ਮਤਲਬ ਕਿ ਆਈ ਐਮ ਥੈਂਕਫੁਲ ਟੂ ਗੋਡ ਕਿ ਮੈਨੂੰ ਖੁਦ ਉਮੀਦ ਨਹੀਂ ਸੀ ਇਹ ਫਿਲਮ ਇੰਨੀ ਚੱਲ ਜਾਏਗੀ। ਅੱਛਾ ਹਾਂਜੀ, ਤੇ ਉਹ ਕਾਫੀ ਮਿਲੀਅਨਸ ਮਿਲੀਅਨ, ਮੈਂ ਤੁਹਾਨੂੰ ਕਹਿ ਨਹੀਂ ਲੱਗੀ ਸੀ ਕਿ ਹਾਂ ਮਿਲੀਅਨ ਦੇ ਵਿੱਚ। ਔਰ ਇਹ ਆਪਣਾ ਫਿਲਮ 'ਚ ਲੋਕਾਂ ਨੇ ਬਹੁਤ ਹੀ ਰਿਸਪੋਂਸ ਅੱਛਾ ਦਿੱਤਾ, ਔਰ ਬੜੇ ਅੱਛੇ ਅੱਛੇ ਕਮੈਂਟਸ ਆਏ ਨੇ, ਔਰ ਇਹ ਫਿਲਮ ਚੁਪਾਲ 'ਤੇ ਵੀ ਚੱਲ ਰਹੀ ਹੈ। ਅੱਛਾ ਹਾਂਜੀ, ਅਤੇ ਤੁਸੀਂ ਕਮੈਂਟਸ ਪੜ੍ਹਦੇ ਹੋ? ਪੜ੍ਹਦਾ ਜੀ, ਬਿਲਕੁਲ ਪੜ੍ਹਦਾ, ਔਰ ਮੈਨੂੰ ਜਿੱਦਾਂ ਵੀ ਕੋਈ ਵੀ ਕੋਈ ਕ੍ਰਿਟੀਸਾਈਜ਼ ਕਰਦਾ ਨਾ, ਆਈ ਐਪਰੀਸ਼ੀਏਟ ਦੈਟ, ਮੈਂ ਉਹ ਨਹੀਂ ਮਾਇੰਡ ਨਹੀਂ ਕਰਦਾ, ਅਤੇ ਮੈਂ ਉਹਨਾਂ ਨੂੰ ਜਵਾਬ ਵੀ ਦੇਣਾ ਜੀ ਜਿਸ ਇੱਥੇ ਗਲਤ ਹੋਇਆ ਜੀ, ਮੈਂ ਅੱਗੋਂ ਧਿਆਨ ਰੱਖਾਂਗਾ, ਇੰਪਰੂਵ ਕਰਾਂ। ਇਹ ਬਹੁਤ ਅੱਛੀ ਚੀਜ਼ ਹੈ, ਕਿਉਂਕਿ ਕੰਮ ਕੋਈ ਵੀ ਕਰੋ ਲਰਨਿੰਗ ਹਮੇਸ਼ਾ ਰਹਿੰਦੀ ਹੈ, ਹਮੇਸ਼ਾ ਲਰਨਿੰਗ ਪ੍ਰੋਸੈਸ ਹੈਗਾ, ਹੈ ਨਾ। ਸੋ ਜ਼ਰੂਰੀ ਨਹੀਂ ਤੁਹਾਨੂੰ ਕਿੰਨਾ ਐਕਸਪੀਰੀਅੰਸ ਹੁੰਦਾ, ਕਿਉਂਕਿ ਹਰ ਕੰਮ ਕੋਈ, ਮੈਨੂੰ ਲੱਗਦਾ ਕੋਈ ਪਰਫੈਕਟ ਕੰਮ ਨਹੀਂ ਕਰ ਸਕਦਾ। ਸੋ ਜ਼ਰੂਰੀ ਹੈ ਅਗਰ ਤੁਹਾਨੂੰ ਕੋਈ ਕਹਿ ਰਿਹਾ ਕਿ ਸੁਜੈਸ਼ਨ ਦੇ ਰਿਹਾ ਖਾਸ ਕਰ, ਉੱਤੇ ਗੌਰ ਜ਼ਰੂਰ ਫਰਮਾਉਣਾ ਚਾਹੀਦਾ, ਬਸ ਇਹ ਹੋਣਾ ਚਾਹੀਦਾ ਕਿ ਅਗਲਾ ਬੰਦਾ ਥੋੜ੍ਹਾ ਧਿਆਨ ਦੇ ਨਾਲ ਜਿਹੜੀ ਆਪਣੀ ਸੁਜੈਸ਼ਨ ਦੇਵੇ। ਸੋ ਜਿੱਦਾਂ ਨੂਰੀ ਦੇ ਬਾਰੇ ਮੈਂ ਪੁੱਛੂੰਗੀ ਕਿ ਨੂਰੀ ਜਿਹੜੀ ਪਹਿਲੀ ਸੀਗੀ ਉਹ ਕਿੰਨੇ ਟਾਈਮ ਦੇ ਵਿੱਚ ਤੁਸੀਂ ਲਿਖੀ ਸੀ ਕਹਾਣੀ? ਉਹ ਮੈਂ ਕਹਾਣੀ ਲਿਖੀ ਸੀ, ਕਹਾਣੀ ਤਾਂ ਮੇਰੇ ਉਹ 1 ਲਾਈਨ 'ਤੇ ਕਾਫੀ ਦੇਰ ਦੀ ਸੀ, 6 ਮਹੀਨੇ ਤੋਂ ਦੇਰ ਦੀ ਸੀ, ਅਤੇ ਫਿਰ ਮੈਂ ਇਹਨੂੰ ਕਰੀਬਨ 1.5-2 ਮਹੀਨੇ ਲੱਗ ਗਏ। ਅੱਛਾ, ਲਿਖਣ ਦੇ ਵਿੱਚ ਮੇਰੇ ਨਾਲ ਅਸਿਸਟੈਂਟ ਖੁਸ਼ਬੂ,
ਉਹ ਨਾਲ ਪੂਰੀ ਫਿਰ ਸਕਰੀਨ ਪਲੇ ਬਣਾਉਂਦੀ ਹੈਗੀ ਹੈ, ਡਾਇਲੌਗ ਬਣਾਉਂਦੀ ਹੈਗੀ ਹੈ। ਹਾਂਜੀ, ਸੋ ਇੱਕ ਘੰਟੇ ਦੀ ਫਿਲਮ ਦੇ ਵਿੱਚ ਆਪਣੇ ਦਿਲ ਦੇ ਜਿੰਨੇ ਵੀ ਬਲਬਲੇ ਹੈਗੇ ਆ, ਦਿਲ ਦੀ ਜੋ ਕਹਾਣੀ ਹੈ ਉਹ ਸਭ ਨੂੰ ਬਿਆਨ ਕਰਨਾ ਬਹੁਤ ਔਖਾ ਕੰਮ ਹੈ, ਤੇ ਤੁਹਾਨੂੰ ਔਖਾ ਲੱਗਦਾ ਇੱਕ ਘੰਟੇ ਦੇ ਵਿੱਚ ਇੱਕ ਟਾਈਮ ਬਾਉਂਡੇਸ਼ਨ ਮਿਲ ਜਾਂਦੀ ਹੈ ਕਿ ਹਾਂ, ਹਾਲਾਂਕਿ ਤੁਸੀਂ ਚਲੋ ਪਾਰਟਸ ਬਣ ਸਕਦੇ ਹੋ ਉਹਦੇ, ਬਟ ਫਿਰ ਵੀ ਕਿ ਇੱਕ ਪਾਰਟ ਦੇ ਵਿੱਚ ਲੋਕਾਂ ਨੂੰ ਸਮਝ ਆਵੇ ਕਿ ਕੀ ਕਹਾਣੀ ਹੈ ਅਤੇ ਅੱਗੇ ਹੋਰ ਇੰਟਰਸਟ ਬਚੇ। ਹਾਂਜੀ ਹਾਂਜੀ, ਇਹ ਤਾਂ ਬੜੀ ਇੰਪੋਰਟੈਂਟ ਗੱਲ ਹੈਗੀ ਕਿ ਲੋਕਾਂ ਨੂੰ ਸਮਝ ਆਵੇ ਜਿਨ੍ਹਾਂ ਨੇ ਦੇਖਣੀ। ਹਾਂ ਬਿਲਕੁਲ, ਵੀ ਮੇਰੇ ਅੰਦਰ ਕੀ ਸੀ ਜਾਂ ਮੈਂ ਕੀ ਜਿਹੜੀ ਕਹਾਣੀ ਇੱਕ ਪੇਸ਼ ਕਰ ਰਿਹਾ ਵਾਂ, ਲੋਕਾਂ ਨੂੰ ਲੱਗ ਰਿਹਾ ਪਤਾ ਵੀ ਵਾਕਈ ਇਹ ਕਹਾਣੀ ਠੀਕ ਹੈ, ਬਹੁਤ ਅੱਛੀ ਹੈ ਜਾਂ ਨਹੀਂ ਅੱਛੀ ਹੈਗੀ। ਬਾਕੀ ਦੇਖੋ, ਮੈਂ ਜਦੋਂ ਇਹ ਕਹਾਣੀ ਦੇ ਗੱਲ ਲਿਖਦਾ ਵਾਂ, ਉਹਦੇ 'ਚ ਮੈਂ ਇੰਨਾ ਕੁ ਬਿਜ਼ੀ ਹੋ ਜਾਂਦਾ ਵਾਂ ਨਾ, ਮੇਰਾ ਦਿਮਾਗ ਕਿਤੇ ਨਹੀਂ ਚੱਲਦਾ। ਸਿਰਫ ਸਟੋਰੀ, ਅਗਰ ਮੈਂ ਰਾਤ ਨੂੰ ਵੀ ਸੌਂਦਾ ਵਾਂ ਜਾਂ ਜੋ ਨਾ, ਮੈਨੂੰ ਨੀਂਦ ਨਹੀਂ ਆਉਂਦੀ ਜਦ ਤੱਕ ਮੇਰਾ ਉਹ ਪੁਆਇੰਟ ਕਲੀਅਰ ਨਾ ਹੋ ਜਾਏ ਕਿ ਮੈਂ ਇਹ ਚੀਜ਼ ਲਿਖਣੀ ਹੈਗੀ। ਅੱਛਾ, ਹਾਂਜੀ। ਅਤੇ ਉਹ ਦੂਸਰੀ ਗੱਲ ਦੇਖੋ, ਪ੍ਰੋਡਕਸ਼ਨ ਦਾ ਜਿਹੜਾ ਕੰਮ ਹੈ ਉਹ ਪ੍ਰੋਡਿਊਸਰ ਦਾ ਹੈਗਾ, ਔਰ ਇਹ ਕੰਮ ਬੜਾ ਹੀ ਔਖਾ ਹੈਗਾ, ਬੜਾ ਟਫ ਹੈ, ਲੋਕ ਪਰੇਸ਼ਾਨ ਹੋ ਜਾਂਦੇ ਨੇ ਜੀ, ਇੰਨੇ ਬੰਦੇ ਉਹਨਾਂ ਅੰਡਰ ਕੰਮ ਕਰ ਰਹੇ ਨੇ, ਕੋਈ ਕਿਤੇ ਪ੍ਰੋਬਲਮ ਕਰ ਰਿਹਾ, ਕੋਈ ਕਿਤੇ ਪ੍ਰੋਬਲਮ ਕਰ ਰਿਹਾ, ਕੋਈ ਕੁਛ ਕਹਿ ਰਿਹਾ ਹੈਗਾ, ਅਤੇ ਉਹ ਚੀਜ਼ਾਂ 'ਚ ਮੈਂ ਡਿਸਟਰਬ ਵੀ ਹੁੰਦਾ ਵਾਂ, ਲੇਕਿਨ ਕੋਈ ਗੱਲ ਨਹੀਂ, ਮੈਂ ਫਿਰ ਮੈਂ ਉਹਨੂੰ ਬਰਦਾਸ਼ਤ ਕਰਦਾ ਵਾਂ, ਬੜਾ ਔਖਾ ਬਰਦਾਸ਼ਤ ਕਰਦਾ ਹੈਗਾ ਮੈਂ। ਕਿਸੇ ਨੇ ਕੋਈ ਕਮਿਟਮੈਂਟ ਕੀਤੀ ਜਾਂ ਕੋਈ ਕੀਤੀ ਹੈਗੀ ਹੈ, ਉਹ ਮੇਰਾ ਸਾਰਾ ਟੀਮ ਇੰਨੀ ਵੱਡੀ ਖੜੀ ਹੈ, ਸ਼ੂਟਿੰਗ ਕਰ ਰਹੇ ਹਾਂ ਅਸੀਂ, ਅਤੇ ਅਸੀਂ ਉਹਨੂੰ ਕੰਮ ਕਰਕੇ ਪੂਰਾ ਕਰੀਏ ਕੰਮ ਨੂੰ। ਸੋ ਇਹ ਚੀਜ਼ਾਂ ਵਿੱਚ ਥੋੜ੍ਹਾ ਜਿਹਾ ਲੋਕ ਹੈ ਨੇ ਜਿਹੜੇ ਪ੍ਰੋਫੈਸ਼ਨਲ ਨਹੀਂ ਹੈਗੇ, ਅਤੇ ਕੁਛ ਲੋਕ ਪੈਸੇ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ, ਲੇਕਿਨ ਫਿਰ ਵੀ ਮੈਂ ਚਲੋ ਕਹਿੰਦਾ ਵੀ ਠੀਕ ਹੈ, ਕੋਈ ਨਹੀਂ, ਕਰੈਕਟਰ ਅੱਛਾ ਹੈ, ਕੋਈ ਨਹੀਂ, ਕਰੋ ਕੰਮ। ਸੋ ਦੇ ਰਿਗਾਰਡ ਮੀ, ਉਹ ਮੇਰਾ ਰਿਗਾਰਡ ਵੀ ਕਰਦੇ ਨੇ, ਅੱਗੋਂ ਵੀ ਨਾਲ ਜੁਆਇਨ ਕਰਦੇ ਨੇ, ਨੈਕਸਟ 'ਚ ਵੈਲਕਮ ਕਰਦੇ ਨੇ ਜੇ ਮੈਂ ਇਹਨਾਂ ਨੂੰ ਆਫਰ ਕੋਈ ਰੋਲ ਕਰਦਾ ਹੈਗਾ ਵਾ। ਸੋ ਇਹ ਚੀਜ਼ਾਂ 'ਚ ਮੈਨੂੰ ਜਦੋਂ ਅਕਸਰ ਮੈਂ ਸੁਣਿਆ ਵੀ ਬੜੇ ਪਰੇਸ਼ਾਨ ਹੋ ਜਾਂਦੇ ਨੇ, ਬੜੇ ਉਹ ਹੁੰਦੇ ਨੇ, ਲੇਕਿਨ ਮੈਂ ਤੁਹਾਨੂੰ ਅਗਰ ਸਹੀ ਗੱਲ ਦੱਸਾਂ, ਮੈਂ ਸ਼ੂਟਿੰਗ 'ਚ ਇੰਜੋਏ ਕਰਦਾ। ਅੱਛਾ, ਪੂਰਾ ਇੰਜੋਏ ਕਰਦਾ, ਔਰ ਮੇਰੀ ਸੈਟਿਸਫੈਕਸ਼ਨ ਹੈ ਜਦੋਂ ਮੇਰਾ ਪ੍ਰੋਜੈਕਟ ਕੰਪਲੀਟ ਹੋ ਗਿਆ ਨਾ, ਸ਼ੂਟਿੰਗ ਪੈਕਅਪ ਹੋ ਗਿਆ, ਮੈਨੂੰ ਕੋਈ ਨਹੀਂ ਉਹਦੇ 'ਚ ਹੈਗਾ ਕਿ ਮੈਂ ਆਈ ਐਮ ਸੈਟਿਸਫਾਈਡ ਐਂਡ ਥੈਂਕਫੁਲ ਟੂ ਗੋਡ, ਬਾਕੀ ਜੋ ਰਿਜ਼ਲਟ ਆਏਗਾ ਉਹ ਕਿਸਮਤ ਹੈ। ਤੁਹਾਡੇ ਜਿਹੜੇ ਕਿਰਦਾਰ ਹੁੰਦੇ ਆ ਕਹਾਣੀ ਦੇ ਵਿੱਚ, ਉਹ ਕਾਲਪਨਿਕ ਹੁੰਦੇ ਆ ਜਾਂ ਫਿਰ ਉਹ ਕਿਤੋਂ ਰੈਫਰੈਂਸ ਹੁੰਦੀ ਹੈ? ਨਹੀਂ, ਉਹ ਜ਼ਿਆਦਾ ਤਾਂ ਕਾਲਪਨਿਕ, ਹਾਂਜੀ ਜ਼ਿਆਦਾ ਤਾਂ ਕਾਲਪਨਿਕ ਹੀ ਹੁੰਦੇ ਨੇ ਜੀ। ਕੋਈ ਮੈਂ ਕਿਸੇ ਦੇ ਕੋਈ ਸਟੋਰੀ ਇੱਦਾਂ ਲਿਖਦਾ ਜਾਂ ਕੋਈ ਕਰਦਾ ਵਾਂ ਜਾਂ ਕਰਦਾ, ਕੱਲ੍ਹ ਨੂੰ ਕਲੇਮ ਕਰ ਲਏ ਤਾਂ ਉਹ ਨਹੀਂ, ਫਿਰ ਠੀਕ ਹੈ, ਮੈਂ ਪਹਿਲੇ ਸੇਫ ਸਾਈਡ ਚਲੋ, ਪਹਿਲੇ ਸੇਫ ਸਾਈਡ। ਓਕੇ, ਜਦੋਂ ਮੈਂ ਕਿਹਾ ਸੀ ਸਟਾਰਟਿੰਗ ਦੇ ਵਿੱਚ ਕਿ ਤੁਸੀਂ ਕੰਟਰੋਲ ਭਾਜੀ ਕੰਟਰੋਲ ਜਿਹੜੀ ਹੈ ਬਤੌਰ ਐਗਜ਼ੀਕਿਊਟਿਵ ਪ੍ਰੋਡਿਊਸਰ ਫਿਲਮ ਜਿਹੜੀ ਹੈ ਬਣਾਈ ਹੈ ਇੰਡਸਟਰੀ ਦੇ ਵਿੱਚ, ਹੁਣ ਤੁਸੀਂ ਆਪਣੀਆਂ ਫਿਲਮਾਂ ਜਿਹੜੀਆਂ ਆਪਣੇ ਬਹੁਤ ਚਿਰ ਤੋਂ ਤੁਸੀਂ ਬਣਾ ਰਹੇ ਹੋ, ਸ਼ਾਰਟ ਫਿਲਮ ਜਾਂ ਟੈਲੀਫਿਲਮ, ਸੋ ਇਹ ਡਿਸੀਜ਼ਨ ਕਿਉਂ ਲਿਆ ਕਿ ਮੈਂ ਸ਼ਾਰਟ ਫਿਲਮਸ ਔਰ ਟੈਲੀਫਿਲਮਸ ਬਣਾਊਂਗਾ? ਕਿ ਉਹ ਐਕਸਪੀਰੀਅੰਸ ਮਾੜਾ ਸੀ? ਨਹੀਂ, ਉਹ ਤਾਂ ਸੀ, ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ, ਮੇਰਾ ਬਜਟ ਕੰਟਰੋਲ ਹੈ। ਹਾਂ, ਜਦੋਂ ਕੋਈ ਬਜਟ ਆ ਗਿਆ ਤਾਂ ਫੀਚਰ ਫਿਲਮ ਵੀ ਜ਼ਰੂਰ ਬਣਾਵਾਂਗੇ। ਉਦਾਂ ਐਕਸਪੀਰੀਅੰਸ ਕਿਵੇਂ ਰਿਹਾ ਇੰਡਸਟਰੀ ਦੇ ਨਾਲ? ਐਕਸਪੀਰੀਅੰਸ ਤਾਂ ਦੇਖੋ ਇੱਦਾਂ ਹੀ ਹੈ, ਹਰ ਤਰ੍ਹਾਂ ਦੇ ਲੋਕ ਨੇ ਇਸ ਇੰਡਸਟਰੀ ਦੇ ਵਿੱਚ, ਬਸ ਐਡਜਸਟ ਕਰ ਲਈਦਾ। ਕਈ ਜਗ੍ਹਾ ਮੈਂ ਫੀਲ ਵੀ ਕਰਦਾ ਕਈ ਚੀਜ਼ਾਂ ਇੰਡਸਟਰੀ ਦੇ ਮੁਤਾਬਕ, ਲੇਕਿਨ ਫਿਰ ਵੀ ਠੀਕ ਹੈ, ਆਪਾਂ ਕਰ ਲਈਦਾ, ਐਡਜਸਟ ਕਰ ਲਈਦਾ। ਹਰ ਇੱਕ ਰਾਈਟਰ ਦੀ, ਡਾਇਰੈਕਟਰ ਦੀ ਇਹ ਕੋਸ਼ਿਸ਼ ਹੁੰਦੀ ਹੈ ਜਾਂ ਇਹ ਚਾਹਤ ਹੁੰਦੀ ਹੈ ਕਿ ਜਿਹੜੀ ਵੀ ਮੈਂ ਕਹਾਣੀ ਬਣਾ ਰਿਹਾ ਹੋਵਾਂ ਉਹਦੇ ਵਿੱਚ ਜਿਹੜੇ ਬਹੁਤ ਨਾਮਵਰ ਜਿਹੜੇ ਲੋਕ ਹੁੰਦੇ ਆ, ਹੈ ਨਾ, ਜਿਹੜੇ ਆਲਰੇਡੀ ਇਸਟੈਬਲਿਸ਼ਡ ਹੈ, ਉਹਨਾਂ ਨਾਲ ਮੈਂ ਕਹਾਣੀਆਂ ਬਣਾਵਾਂ। ਤੁਹਾਡੇ ਸਟੋਰੀਜ਼ ਦੇ ਵਿੱਚ ਨਵੇਂ ਫੇਸਿਸ ਵੀ ਜਿਹੜੇ ਹੁੰਦੇ ਆ, ਬਟ ਤੁਹਾਡੀ ਸੱਚੀ ਚਾਹਤ ਹੁੰਦੀ ਹੈ ਕਿ ਅਸੀਂ ਦੇਖਿਆ ਮਲਕੀਤ ਰੋਣੀ, ਸਿਮਾ ਕੌਸ਼ਲ ਮੈਮ ਹੋਣੀ ਬਹੁਤ ਵੱਡਾ ਨਾਮ ਹੈਗੇ ਆ ਪੰਜਾਬੀ ਇੰਡਸਟਰੀ ਦੇ ਵਿੱਚ, ਉਹਨਾਂ ਨਾਲ, ਉਹਨਾਂ ਲੋਕਾਂ ਨਾਲ ਜਾਂ ਇੱਦਾਂ ਇੰਨੇ ਵੱਡੇ ਆਰਟਿਸਟਾਂ ਨਾਲ ਡੀਲ ਕਰਨਾ ਸੌਖਾ ਰਹਿੰਦਾ ਤੁਹਾਡੇ ਲਈ? ਇੱਦਾਂ ਜੀ, ਮੈਂ ਤੁਹਾਨੂੰ ਹੁਣੇ ਦੱਸਿਆ, ਕਈ ਵਾਰੀ ਥੋੜ੍ਹਾ ਹੋ ਜਾਂਦਾ ਹੈ, ਲੇਕਿਨ ਫਿਰ ਵੀ ਉਹ ਰਿਗਾਰਡ ਕਰਦੇ ਨੇ, ਥੋੜ੍ਹਾ ਉਹਨਾਂ ਨਾਲ
ਇੱਕ ਟਿਊਨਿੰਗ ਬਣ ਜਾਂਦੀ ਹੈ ਨਾ ਜਦੋਂ, ਫਿਰ ਪ੍ਰੋਬਲਮ ਨਹੀਂ ਆਉਂਦੀ। ਹੁਣ ਕਈ ਐਕਟਰਸ ਨਾਲ ਕਈ ਆਈ ਪ੍ਰੋਬਲਮ, ਲੇਕਿਨ ਉਹ ਟਿਊਨਿੰਗ ਬਣ ਗਈ, ਫਿਰ ਠੀਕ ਹੋ ਗਿਆ ਸੀ। ਪਰ ਦੈਟ ਵਾਜ ਪੇਨਫੁਲ, ਮੈਨੂੰ ਬਹੁਤ ਫੀਲ ਹੁੰਦਾ ਜਦੋਂ ਕੋਈ ਇਸ ਤਰ੍ਹਾਂ ਚੀਜ਼ ਗੱਲ ਕਮਿਟ ਕਰਕੇ ਨਾ ਕਰੇ ਜਾਂ ਕੁਛ ਉਸ ਚੀਜ਼ 'ਤੇ, ਮਤਲਬ ਵੈਲਿਊਸ ਹੋਣੀਆਂ ਚਾਹੀਦੀਆਂ। ਮੈਂ ਆਈ ਐਮ ਪੇਇੰਗ ਯੂ, ਮੈਂ ਤੁਹਾਡਾ ਜੋ ਅਮਾਊਂਟ ਤੁਹਾਨੂੰ ਦੇ ਰਿਹਾ ਹੈਗਾ ਵਾ, ਤੁਸੀਂ ਉਸ ਦਿਨ ਕੰਮ ਕਰੋ। ਉਸ ਅਮਾਊਂਟ 'ਚ ਪ੍ਰੋਬਲਮ ਵੀ ਆਉਂਦੀ ਹੈ, ਬੜਾ ਅੱਗੇ ਪਿੱਛੇ ਵੀ ਹੋ ਜਾਂਦਾ ਹੈਗਾ, ਪਰ ਐਡਜਸਟ ਕਰੀਦੇ। ਮੈਂ ਹਰ ਐਕਟਰ ਦੀ ਮਤਲਬ ਕਿ ਰਿਸਪੈਕਟ ਕਰਦਾ। ਮੈਂ ਅੱਗੋਂ ਕਿਸੇ ਨੇ ਕੁਛ ਕਿਹਾ ਤਾ ਜੀ ਇਹ ਪ੍ਰੋਬਲਮ ਆ ਗਈ ਹੈ, ਅਤੇ ਮੈਂ ਓਕੇ ਕਹਿੰਦਾ, ਕੋਈ ਗੱਲ ਨਹੀਂ ਜੀ, ਠੀਕ ਹੈ ਜੀ। ਬਟ ਤੁਹਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਚਿਹਰੇ ਵੀ, ਕਿਉਂਕਿ ਬਹੁਤ ਕੰਮ ਲੱਭਦੇ ਹੁੰਦੇ ਲੋਕ। ਬਿਲਕੁਲ 100% ਮੇਰੀ ਹੁਣ ਕੋਸ਼ਿਸ਼ ਸੀ, ਅੱਗੇ ਮੈਂ ਥੀਏਟਰ ਐਕਟਰ ਲੈਂਦਾ ਸੀ, ਹੁਣ ਦੇਖੋ ਤੁਸੀਂ ਦੇਖੋ ਇਸ ਨੂਰੀ ਰਿਟਰਨਸ ਦੇ ਵਿੱਚ ਤਾਂ ਨਵੇਂ ਐਕਟਰ ਆਏ ਨੇ, 3 ਆਏ ਨੇ। ਅੱਛਾ। ਇੱਕ ਤਾਂ ਆਪਣਾ ਸੀ ਆਪਣਾ ਰਾਜ ਤਾਲੀਵਾਲ ਆਈ ਹੈ, ਅਤੇ ਇੱਕ ਉਸ ਤੋਂ ਬਾਅਦ ਗੱਖੜ, ਨਗੇਂਦਰਾ ਗੱਖੜ, ਬੜਾ ਵਧੀਆ ਵਿਲਨ ਐਕਟਰ ਹੈ। ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਮੈਂ ਉਹਨਾਂ ਨੂੰ ਦੱਸਿਆ, ਅਤੇ ਹੀ ਵਾਜ਼ ਵੈਰੀ ਹੈਪੀ, ਅਤੇ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਫਿਲਮ 'ਚ ਲੈ ਰਹੇ ਹੋ। ਮੈਂ 1 ਲਾਈਨ ਸਟੋਰੀ ਸੁਣਾਈ ਅਤੇ ਕਹਿੰਦਾ ਵੈਰੀ ਫਾਈਨ, ਬੜੀ ਅੱਛੀ ਲੱਗੀ ਤੁਸੀਂ ਸਟੋਰੀ। ਔਰ ਮੇਰੇ ਨਾਲ ਉਹਨਾਂ ਨੇ ਕੋਈ ਪੈਸੇ ਦੀ ਵੀ ਬਹੁਤੀ ਗੱਲ ਨਹੀਂ ਕੀਤੀ, ਕਹਿੰਦੇ ਠੀਕ ਹੈ ਕਰਾਂਗੇ। ਔਰ ਉਹ ਆਏ ਟਾਈਮ ਸਿਰ, ਪਹੁੰਚਦੇ ਸੀ ਉੱਥੇ, ਪੂਰਾ ਕੰਮ ਕਰਕੇ ਗਏ ਨੇ। ਜੇ ਕਿਤੇ ਲੇਟ ਹੋ ਗਿਆ ਤਾਂ ਉਹਨਾਂ ਨੇ ਕੋਈ ਉਹ ਨਹੀਂ ਕਿਹਾ, ਪਰ ਕੰਮ ਉਹਨਾਂ ਨੇ ਬਹੁਤ ਅੱਛਾ ਕੀਤਾ। ਸੋਲੰਕੀ ਸਾਹਿਬ, ਸੰਜੇ ਸੋਲੰਕੀ, ਸੰਜੂ ਸੋਲੰਕੀ, ਇਹ ਤਾਂ ਬਹੁਤ ਹੀ ਵਧੀਆ ਇਨਸਾਨ ਨੇ। ਇਹਨਾਂ ਨੇ ਪਹਿਲੀ ਫਿਲਮ ਜਿਹੜੇ ਕੰਮ ਕੀਤਾ ਸੀ, ਅਤੇ ਬੜਾ ਇਹਨਾਂ ਨੇ ਕੋਆਪਰੇਟ ਕੀਤਾ ਸੀ। ਕੋਈ ਐਟੀਚਿਊਡ ਨਹੀਂ, ਕਈਆਂ ਦੇ ਐਟੀਚਿਊਡ ਹੁੰਦੇ ਨੇ ਪਰ ਕੋਈ ਐਟੀਚਿਊਡ ਨਹੀਂ ਹੈ। ਮਤਲਬ ਕਿ ਲੇਟ ਹੋ ਗਏ ਸੀ ਇਸ ਵਾਰੀ ਇੱਕ ਫਿਲਮ 'ਚ, ਅਤੇ ਉਹ ਜਿਹੜੀ ਸ਼ੂਟਿੰਗ ਕਰ ਰਹੇ ਸੀ ਨੂਰੀ ਰਿਟਰਨ ਸੀ, ਮੈਂ ਉਹਨਾਂ ਨੂੰ ਕਿਹਾ ਜੀ ਸੋਰੀ ਜੀ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਵਾਂ, ਕੋਈ ਐਸੀ ਪ੍ਰੋਬਲਮ ਆ ਗਈ ਨਾ ਸਾਨੂੰ, ਇੱਕ ਸਿਚੁਏਸ਼ਨ 'ਚ ਫਸ ਗਏ, 2-2.5 ਘੰਟੇ ਸੀਨ ਨੂੰ ਲੱਗ ਗਏ, ਉਹ ਪਿੰਡਾਂ 'ਚ ਲੋਕੇਸ਼ਨ 'ਚ ਟਾਈਮ ਵੇਸਟ ਹੋ ਗਿਆ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਸੋਰੀ, ਅਤੇ ਮੈਂ ਕਿਹਾ ਠੀਕ ਹੈ ਜੀ, ਕਹਿੰਦੇ ਕੋਈ ਗੱਲ ਨਹੀਂ ਕਰੀ ਸੋਰੀ। ਬੋਲੇ ਉਹ ਵਾਹ, ਰਾਤੀ 12-12:30 ਗਏ ਨੇ। ਅੱਛਾ। ਤੇ ਮੈਂ ਐਪਰੀਸ਼ੀਏਟ ਕਰਦਾ ਇਹਨਾਂ ਦੀ ਇਹੋ ਜਿਹੀ ਵੀ ਕਲਾਕਾਰ, ਇਹੋ ਜਿਹੀ ਕਲਾਕਾਰ ਤੇ ਕਾਇੰਡ। ਕੋਈ ਕਹਿੰਦੇ ਨੇ ਜੀ ਲੋ ਜੀ ਸਾਡਾ ਟਾਈਮ ਹੋ ਗਿਆ ਜੀ, 12:30 ਘੰਟੇ ਪੂਰੇ ਗਏ, ਇਸ ਤੇ ਚੱਲੇ ਆ ਜੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਉੱਥੇ ਕਹਿ ਦਿੰਦਾ ਜੀ ਜਾਓ, ਅੱਜ ਜਾਓ। ਹਾਂ, ਆਈ ਡੋਂਟ ਸ਼ਡਿਊਲ ਕੱਢਦੇ ਆ ਨਾ, ਸ਼ਡਿਊਲ ਦਾ ਹਮੇਸ਼ਾ ਮੈਂ ਸਪੇਅਰ ਟਾਈਮ ਰੱਖ ਕੇ ਕਰਦਾ। ਕਿਸੇ ਦਾ ਇੱਕ ਦਿਨ ਦਾ ਕੰਮ ਜਾਂ 1.5 ਦਿਨ, ਮੈਂ 2 ਦਿਨ ਕਰ ਦੇਣੇ ਨੇ। ਕਿਸੇ ਦਾ ਈਵਨ 1 ਦਿਨ ਦਾ, ਉਹਦੀ ਮੈਂ 2 ਦਿਨ ਕਰ ਦਿੰਦਾ ਹੈਗਾ, ਤਾਂ ਕਿ ਉਹ ਨਾਨ ਕੰਫਰਟੇਬਲ ਹੋਣ। ਉਹਨਾਂ ਦੇ ਅੱਗੇ ਸ਼ਡਿਊਲ ਬਿਜ਼ੀ ਨੇ, ਡੇਟਾਂ ਦਿੱਤੀਆਂ ਹੁੰਦੀਆਂ ਨੇ, ਉਹ ਵੀ ਸੱਚੇ ਨੇ, ਅਤੇ ਇਸ ਕਰਕੇ ਮੈਂ ਪੂਰਾ ਕੋਆਪਰੇਟ ਕਰਦਾ ਇਸ ਚੀਜ਼ ਦੇ ਵਿੱਚ ਉਹਨਾਂ ਨਾਲ, ਹਰ ਐਕਟਰ ਨਾਲ। ਪਰ ਇਹ ਮੇਰੀ ਖਾਹਿਸ਼ ਹੈਗੀ ਹੈ ਕਿ ਮੈਂ ਅੱਛੇ ਐਕਟਰਾਂ ਨਾਲ ਹੀ ਕੰਮ ਕਰਨਾ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਇੰਨਾ ਹੈਗਾ। ਤੁਸੀਂ ਦੇਖੋ 2-3 ਸ਼ਾਰਟ ਟੇਕ ਦੇ ਦਿੰਦੇ ਹੈਗੇ ਨੇ, ਹੁਣ ਨਵੇਂ ਬੰਦੇ ਨੂੰ ਆਪਾਂ 4-5-6 ਵਾਰੀ ਸ਼ਾਰਟ ਲਈਏ, ਤਾਂ ਉਹ ਫਿਰ ਗੱਲ ਨਹੀਂ ਬਣਦੀ ਹੈਗੀ। ਸੋ ਮੈਂ ਇਹੀ, ਮੈਂ ਫਿਲਮ ਇੰਡਸਟਰੀ, ਸਾਡੇ ਬਹੁਤ ਅੱਛੇ ਕਲਾਕਾਰ ਹੈਗੇ ਨੇ, ਬਹੁਤ ਅੱਛੇ ਅੱਛੇ ਨੇ, ਅਤੇ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਤੁਸੀਂ ਥੋੜ੍ਹਾ ਨਾ ਆਪਣੇ ਬਜਟ ਠੀਕ ਕਰੋ, ਤਾਂ ਕਿ ਸਾਡੀ ਇੰਡਸਟਰੀ ਹੋਰ ਵਧੇ, ਅੱਗੇ ਜਾਵੇ, ਬਹੁਤ ਅੱਗੇ ਜਾਵੇ। ਤੋ ਸਾਰੇ ਮੇਰੇ ਨਾਲ ਤਾਂ ਕੋਆਪਰੇਟ ਕਰ ਰਹੇ, ਵਧੀਆ ਗੱਲ ਹੈ ਤੁਹਾਡੇ ਨਾਲ ਕਰਨਾ ਚਾਹੀਦਾ। ਮੈਂ ਕਰ ਰਹੇ ਜੀ, ਆਮ ਥੈਂਕਫੁਲ ਆਲ ਆਫ ਦੈਮ। ਮੇਰੇ ਨਾਲ ਸਤਵੰਤ ਮੈਡਮ ਨੇ 4-5 ਫਿਲਮਾਂ ਕੀਤੀਆਂ, ਉਹਨਾਂ ਨੇ ਪਹਿਲੀ ਫਿਲਮ 'ਚ ਥੋੜ੍ਹੀ ਪ੍ਰੋਬਲਮ ਆਈ ਸੀ, ਉਸ ਤੋਂ ਬਾਅਦ ਕੰਟੀਨਿਊਸਲੀ ਕੋਈ ਪ੍ਰੋਬਲਮ ਨਹੀਂ ਆਈ। ਸ਼ੀ ਇਜ਼ ਵੈਰੀ ਗੁੱਡ ਐਕਟਰਸ ਐਕਟਰਸ ਐਂਡ ਬੜੀ ਇਨਸਾਨੀਅਤ ਹੈ ਉਹਨਾਂ ਦੇ ਵਿੱਚ, ਅਤੇ ਮੈਂ ਉਹਨਾਂ ਨਾਲ 4-5 ਫਿਲਮਾਂ ਕੀਤੀਆਂ ਹੈਗੀਆਂ। ਅਤੇ ਹੋਰ ਜਿਹੜੇ ਐਕਟਰ ਨਵੇਂ ਨਵੇਂ ਆਏ ਨੇ, ਪਰ ਦੇਖੋ ਮੇਰਾ, ਮੈਂ ਆਪਣੀ ਫਿਲਮ ਨੂੰ ਚਲਾਉਣਾ, ਜੇ ਜਿਨ੍ਹਾਂ ਨੇ ਉੱਥੇ ਕੰਮ ਕਰਨਾ ਹੈ ਜੀ, ਉਹ ਸਮਝ ਜਾਂਦੇ ਨੇ ਜਦੋਂ ਅਸੀਂ ਡਾਇਲੋਗ ਦਿੰਦੇ ਹਾਂ ਨਾ, ਉਹ ਸਮਝ ਜਾਂਦੇ, ਜਾਂ 1 ਲਾਈਨ ਸਟੋਰੀਜ਼ ਦਿੰਦੇ ਹਾਂ, ਉਹਨੂੰ ਪਤਾ ਲੱਗਾ, ਉਹ ਆਪ ਖੁਦ ਹੀ ਐਕਟਿੰਗ ਕਰਦੇ ਨੇ।
ਮੈਨੂੰ ਕਦੀ ਵੀ ਮੈਂ ਨਹੀਂ ਕਿਸੇ ਨੂੰ ਐਕਟਰ ਨੂੰ ਜਾ ਕੇ ਕਿਹਾ ਵੀ ਤੁਸੀਂ ਇਹ ਕਰੋ, ਐਕਟਿੰਗ ਆਪਣਾ ਕਰੋ। ਜੋ ਸਕ੍ਰਿਪਟ ਹੈ ਉਸਦੇ ਹਿਸਾਬ, ਜੋ ਨੀਡ ਹੈ ਉਸ ਹਿਸਾਬ ਨਾਲ ਤੁਸੀਂ ਰੋਲ ਕਰ ਰਹੇ ਡਾਇਲੋਗ। ਹਾਂ, ਇੰਪਰੋਵਾਈਜ਼ ਵੀ ਕਰ ਲੈਂਦੇ ਡਾਇਲੋਗ, ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬੋਲ। ਵਧੀਆ ਹੋਣਾ ਚਾਹੀਦਾ, ਵਧੀਆ ਹੋਣਾ ਹੈ ਨਾ। ਔਰ ਇੱਕ ਇਹ ਵੀ ਚੀਜ਼ ਹੈ, ਤੁਹਾਡਾ ਪਹਿਲੇ ਬਿਜ਼ਨਸ ਸੀਗਾ, ਤੁਸੀਂ ਜਲੰਧਰ ਬੇਸਡ ਹੋ, ਰਾਈਟ? ਹੁਣ ਤੁਸੀਂ ਕੈਨੇਡਾ ਮੂਵ ਕਰ ਗਏ ਹੋ ਕੁਝ ਸਾਲਾਂ ਤੋਂ, ਸੋ ਪਹਿਲੇ ਤਾਂ ਇਹ ਦੱਸੋ ਕਿ ਪੰਜਾਬ ਦੀ ਕਿੰਨੀ ਕੁ ਯਾਦ ਆਉਂਦੀ ਹੈ ਉੱਥੇ ਜਾ ਕੇ? ਪੰਜਾਬ ਦੀ ਕਿੰਨੀ ਕੁ ਨਹੀਂ ਜੀ, ਬਹੁਤ ਜ਼ਿਆਦਾ ਯਾਦ ਆਉਂਦੀ ਹੈ। ਤਾਂ ਹੀ ਤੁਸੀਂ ਆ ਜਾਂਦੇ ਜਲਦੀ ਜਲਦੀ। ਮੇਰੀ ਐਵਰੇਜ ਹੈਗੀ ਜੀ, ਮੈਂ 3 ਮਹੀਨੇ ਜਿੱਥੇ ਆ ਜਾਂਦਾ ਉੱਥੇ ਮੇਰਾ ਦਿਲ ਨਹੀਂ ਲੱਗਦਾ। ਬੜਾ ਕਹਿੰਦੇ ਜੀ ਉਹ ਬੜਾ ਵਧੀਆ ਕੰਟਰੀ ਹੈ ਜੀ, ਉਹ ਚਮਕ ਦਮਕ ਬੜੀ ਹੈ, ਪਰ ਉੱਥੇ ਸੋਨੇ ਦਾ ਪਿੰਜਰਾ ਜੀ। ਮੇਰਾ ਪੈਸ਼ਨ, ਮੈਨੂੰ ਪੈਸ਼ਨ ਖਿੱਚ ਕੇ ਲਿਆਉਂਦਾ ਹੈ। ਮੇਰਾ ਮੇਰੀ ਮੇਰੀ ਜਿਹੜੀ ਇੱਕ ਅੰਦਰ ਧੜਕਾ ਨੇ, ਪੰਜਾਬ ਦੀ ਮਿੱਟੀ ਹੈ, ਪਤਾ ਨਹੀਂ ਮੈਨੂੰ ਕਿਉਂ ਖਿੱਚ ਕੇ ਲੈ ਜਾਂਦੀ। ਮੈਂ ਅਨਕੰਫਰਟੇਬਲ ਰਹਿੰਦਾ ਵਾਂ ਉੱਥੇ। ਮੇਰੀ ਫੈਮਲੀ ਕਹਿੰਦੇ ਕੀ ਗੱਲ ਕਿਉਂ ਹੋਣੀ, ਸਾਰੀ ਫੈਮਲੀ ਉੱਥੇ ਨੇ। ਵੱਡਾ ਬੇਟਾ ਪਹਿਲਾਂ ਇੱਥੇ ਸੀ, ਉਹ ਵੀ ਚਲੀ ਗਈ ਸਾਰੀ ਫੈਮਲੀ, ਹੁਣ ਮੈਂ ਇਕੱਲਾ ਹੀ ਇੱਥੇ ਰਹਿ ਰਿਹਾ ਹੈਗਾ। ਅਤੇ ਹੈ ਤਾਂ ਬੜਾ ਔਖਾ ਹੋਵੇ, ਪਰ ਕੀ ਕਰੀਏ, ਹੁਣ ਆਪਣੇ ਪੈਸ਼ਨ ਨੂੰ ਹੀ ਦੇਖਣਾ ਹੈਗਾ, ਆਪਣੇ ਪੰਜਾਬ ਨੂੰ ਵੀ ਦੇਖਣਾ। ਪਰ ਬਹੁਤ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਹੈ ਅੱਜ ਦੀ, ਉਹ ਕੈਨੇਡਾ ਜਾਂ ਕਹਿ ਲਈ ਕਿ ਫੋਰਨ ਦੇ ਵਿੱਚ ਹੀ ਜਾ ਰਹੀ ਹੈ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਥੇ ਉੱਨੀ ਇੰਪਲੋਇਮੈਂਟ ਨਹੀਂ ਹੈ, ਉੱਥੇ ਜਾ ਕੇ ਮਿਲੇਗੀ। ਹਾਲਾਂਕਿ ਉੱਥੋਂ ਦੇ ਵੀ ਹਾਲਾਤ ਜਿਹੜੇ ਆ ਹੁਣ ਕੋਈ ਬਿਹਤਰ ਨਹੀਂ ਹੈ, ਜੇ ਤੁਸੀਂ ਲੇਬਰ ਦਾ ਸੋਚਦੇ ਹੋ ਤਾਂ ਉਹ ਨਹੀਂ ਮਿਲ ਰਹੀ ਹੈ ਨਾ। ਬਹੁਤ ਬਹੁਤ ਚਿਰ ਲੋਕ ਫਰੀ ਰਹਿੰਦੇ ਆ, ਤੁਸੀਂ ਉੱਥੇ ਜਾ ਕੇ ਤੁਸੀਂ ਵੇਖੇ ਕੀ ਹਾਲਾਤ ਹੈ ਉੱਥੇ ਬੱਚਿਆਂ ਦੇ, ਮਿਲਦੇ ਹੋ ਇੱਦਾਂ ਦੇ ਬੱਚਿਆਂ ਨੂੰ? ਮੈਂ ਬੱਚਿਆਂ ਨੂੰ ਬੜਾ ਮਿਲਦਾ ਹੈਗਾ। ਮੈਂ ਉੱਥੇ ਜਦੋਂ 7 ਸਾਲ ਪਹਿਲਾਂ ਗਿਆ ਸੀ, ਮੈਂ ਉੱਥੇ ਜੋਬ ਵੀ ਕੀਤੀ। ਅੱਛਾ, ਲੇਬਰ ਜੋਬ ਕੀਤੀ ਸੀ। ਓਕੇ, ਕਿਉਂਕਿ ਮੇਰੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਸੀ। ਅਤੇ ਦੇਖੋ ਕੁਦਰਤ ਨੇ ਕਿੱਦਾਂ ਆਇਆ, ਉਧਰੋਂ ਨਾਲ ਮੇਰਾ ਵੀਜ਼ਾ ਆ ਗਿਆ ਅਤੇ ਮੈਂ ਚਲਾ ਗਿਆ। ਬੜੀ ਖੁਸ਼ੀ ਨਾਲ ਚਲਾ ਗਿਆ ਵੀ ਚਲੋ ਜੀ, ਕੈਨੇਡਾ ਤਾਂ ਬੜੇ ਪੈਸੇ ਬਣੇ, ਡਾਲਰਾਂ 'ਚ ਬਣਦੇ ਹੈਗੇ। ਪਹਿਲੀ ਗੱਲ ਤਾਂ ਉੱਥੇ ਕੋਈ ਨੌਕਰੀ ਨਾ ਮੈਨੂੰ ਦੇਵੇ। ਕਹਿੰਦੇ ਜੀ, ਮੈਂ ਕਿਹਾ ਕੀ ਗੱਲ ਕੀ ਹੈਗੀ, ਕਿਉਂ ਤੁਸੀਂ ਨੌਕਰੀ ਨਹੀਂ ਦਿੰਦੇ? ਕਹਿੰਦੇ ਜਿਹੜਾ 50 ਸਾਲ ਤੋਂ ਉੱਪਰ ਉਹ ਅਸੀਂ ਨੌਕਰੀ ਨਹੀਂ ਦਿੰਦੇ, ਉਹਦੇ ਕੋਲ ਕੀ ਕੰਮ ਹੋਏਗਾ, ਉਹ ਕੀ ਕਰੇਗਾ ਕੰਮ? ਸਾਨੂੰ ਤਾਂ ਯੰਗ ਬੱਚੇ ਚਾਹੀਦੇ ਨੇ, ਪੜ੍ਹੇ ਲਿਖੇ ਆ ਜਿਹੜੇ ਨੇ, ਯੰਗ ਬੱਚੇ ਚਾਹੀਦੇ ਨੇ। ਖੈਰ ਉਹਨਾਂ ਨੂੰ ਯੂਜ਼ ਕਰਦੇ ਨੇ ਜੀ, 18 ਘੰਟੇ ਕੰਮ ਕਰਦੇ ਨੇ। ਮੇਰਾ ਇੰਨਾ ਐਕਸਪੀਰੀਅੰਸ ਹੈ, ਮੈਂ ਸਟੋਰੀ ਲਿਖੀ ਹੋਈ ਹੈ ਇੱਥੇ। ਅੱਛਾ, ਸਿਰਫ ਆਪਣੇ ਬਜਟ ਕਰਕੇ ਨਹੀਂ ਬਣਾ ਸਕਿਆ। ਪੇਨਸ ਆਫ ਕੈਨੇਡਾ ਮੇਰੀ ਵੈਬ ਸੀਰੀਜ਼ 'ਚ ਆਏਗੀ। ਓਕੇ, ਹਾਂ, ਉਹ 'ਚ ਮੈਂ ਸਾਰਾ ਦੱਸਿਆ ਕੈਨੇਡਾ ਦੇ ਸਟੂਡੈਂਟਸ ਦਾ ਕੀ ਹਾਲ ਹੈ ਅਤੇ ਪਿੱਛੇ ਉਹਨਾਂ ਦੇ ਮਾਂ ਪਿਓ ਦਾ ਕੀ ਹਾਲ ਹੈ, ਕਿਉਂਕਿ ਪੰਜਾਬ ਤੋਂ ਵੀ ਮੈਨੂੰ ਪਤਾ ਹੈ, ਉੱਥੋਂ ਦਾ ਵੀ ਸਾਰਾ ਮੈਨੂੰ ਪਤਾ ਹੈਗਾ। ਲੇਕਿਨ ਉੱਥੇ ਜਾ ਕੇ ਬੜੀ ਸਟਰਗਲ ਹੈਗੀ, ਬਹੁਤ ਜ਼ਿਆਦਾ ਸਟਰਗਲ ਹੈਗੀ ਹੈ। ਫਿਰ ਦੂਜੀ ਗੱਲ ਜਿਹੜਾ ਮੈਨੂੰ ਪੇਨ ਕਰਦੀ ਹੈ ਨਾ, ਉਹ ਇਹ ਕਿ ਉਹ ਕਲਚਰ ਭੁੱਲ ਗਏ ਨੇ ਸਾਡੇ। ਅੱਛਾ, ਬੱਚੇ ਉੱਥੇ ਜਾ ਕੇ ਉਹ ਸਾਡੇ ਕਲਚਰ ਭੁੱਲਦੇ ਜਾ ਰਹੇ ਨੇ, ਕੋਈ ਉਹਨਾਂ ਨੂੰ ਉਹ ਪਰਵਾਹ ਨਹੀਂ, ਐਡਵਾਂਸ ਹੋ ਗਏ ਨੇ, ਆਜ਼ਾਦੀ ਮਿਲ ਗਈ ਉਹਨਾਂ ਨੂੰ। ਸੋ ਆਜ਼ਾਦੀ ਮਿਲਣਾ ਵਧੀਆ ਗੱਲ ਹੈ, ਪਰ ਤੁਹਾਨੂੰ ਲੱਗਦਾ ਕਿ ਜ਼ਿਆਦਾ ਨਜਾਇਜ਼ ਫਾਇਦਾ ਚੱਕਿਆ ਜਾਂਦਾ ਜਦੋਂ? ਹਾਂਜੀ ਹਾਂਜੀ, ਦੇਖੋ ਕਈ ਤਾਂ ਐਸੇ ਨੇ ਜਿਹੜੇ ਕਿ ਪੂਰੇ ਸੰਸਕਾਰਾਂ 'ਚ ਹੈਗੇ, ਪਰ ਉਹ ਬਹੁਤ ਘੱਟ ਨੇ। ਬਹੁਤ ਜਿਹੜੇ ਮੈਜੋਰਿਟੀ ਹੈ ਉਹ ਆਜ਼ਾਦੀ ਦਾ ਫਾਇਦਾ ਉਠਾ ਰਹੇ, ਨਵੇਂ ਨਵੇਂ ਨਿਕਲੇ ਹੁੰਦੇ ਨੇ। ਤੁਸੀਂ ਦੇਖੋ ਜਿਹੜਾ ਜਿਹਨੇ ਪਲੱਸ 1 ਕਰਨੀ ਹੈ, ਛੋਟੇ ਛੋਟੇ ਮੁੰਡੇ ਹੁੰਦੇ ਨੇ, ਉਹ ਮੈਂ ਐਸੇ ਕੇਸ ਦੇਖੇ ਨਾ, ਉਹਨਾਂ ਨੂੰ ਮੈਂ ਪੁੱਛਦਾ ਵੀ ਹਾਂ, ਸਾਡੇ ਘਰ 'ਚ ਆ ਕੇ ਰਹਿੰਦੇ ਵੀ ਸੀਗੇ ਅਤੇ PGSE ਦਿੰਦੇ ਸੀ, ਅਤੇ ਮੈਂ ਉਹਨਾਂ ਨੂੰ ਪੁੱਛਦਾ ਵਾਂ, ਇੱਕ ਮੁੰਡਾ ਆਇਆ ਸਰਦਾਰ ਫੈਮਿਲੀ ਦਾ ਸੀ, ਮੁੰਡਾ ਬੜਾ ਇੰਟੈਲੀਜੈਂਟ ਸੀ, ਅਤੇ ਉਹ ਇੱਕੋ ਇੱਕ ਮੁੰਡਾ। ਅੱਛਾ, ਉਹਦਾ ਦਾਦਾ ਦਾਦੀ ਜੁਆਇੰਟ ਫੈਮਿਲੀ, ਚਾਚਾ ਚਾਚੀ ਸਾਰੇ ਉਹਨੂੰ ਜ਼ੋਰ ਲਾ ਲਿਆ ਵੀ ਤੂੰ ਨਾ ਜਾ। ਅੱਛਾ, ਉਹਨੇ ਜਿੱਦ ਕਰ ਲਈ, ਕਹਿੰਦਾ ਮੈਂ ਜਾਣਾ ਹੀ ਜਾਣਾ, ਅਜੇ ਪੈਸੇ ਵਾਲੇ ਬੰਦੇ ਨੇ। ਮਤਲਬ ਕਿ ਦੇਖੋ ਇਹ ਕਿੰਨੀ ਪੇਨਫੁਲ ਗੱਲ ਹੈਗੀ, ਉਹ ਪਿੱਛੇ ਤੜਫ ਰਹੇ ਨੇ, ਰੋਜ਼ ਉਹਨਾਂ ਦੇ ਫੋਨ ਆਉਂਦੇ, ਉਹ ਫੋਨ ਵੀ ਅਵਾਇਡ ਕਰ ਰਿਹਾ ਸੀ। ਓਕੇ, ਦੇਖੋ ਇੱਦਾਂ ਦੀ ਗੱਲ ਹੈਗੀ, ਇਹ ਲਾਈਫ ਚੱਲਦੀ ਪਈ। ਪੇਰੈਂਟਸ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਜਦੋਂ ਬੱਚਿਆਂ ਤੋਂ ਪਰੇਸ਼ਾਨ ਹੁੰਦੇ, ਬਹੁਤ ਜ਼ਿਆਦਾ ਪਿਆਰ ਅਟੈਚਮੈਂਟ ਹੈਗੀ ਨਾ ਸਾਡਾ ਪੰਜਾਬ 'ਚ, ਕੀ ਹੈਗਾ
ਸਾਡੇ ਪੰਜਾਬ 'ਚ ਇਹੀ ਹੈਗਾ ਨਾ, ਜੋ ਪਿਆਰ ਵਾਪਸ 'ਚ ਹੈਗਾ ਕਿੱਥੋਂ ਸਾਡੀ, ਤੁਸੀਂ ਪਾਕਿਸਤਾਨ ਤੋਂ ਸ਼ੁਰੂ ਕਰ ਲਓ, ਉੱਥੇ ਵੀ ਮੈਂ ਫਿਲਮ ਬਣਾ ਰਿਹਾ ਪਾਕਿਸਤਾਨ, ਅੱਛਾ ਉੱਥੇ ਵੀ ਬਣਾ ਰਹੇ ਉੱਥੋਂ ਦੀ, ਉਹ ਕਿੱਦਾਂ ਪਿਆਰ ਉੱਥੇ ਸੀ, ਕਿੱਦਾਂ ਅਸੀਂ ਚੱਲਦੇ 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 ਪਾਲਟਿਕਸ ਖੇਡੀ ਗਈ ਅਤੇ 1947 ਦੀ ਵੰਡ ਹੋਈ, 1947 ਦੀ ਵੰਡ ਜਦੋਂ ਹੋਈ ਹੈ ਅਤੇ ਮਤਲਬ ਅੱਜ ਵੀ ਉਹਨਾਂ ਲੋਕਾਂ ਦਾ ਪਿਆਰ ਹੈ, ਪੁਰਾਣੀਆਂ ਗੱਲਾਂ ਸੁਣਾਉਂਦੇ ਨੇ ਸਾਡੇ, ਦਰਦ ਵੀ ਹੈ, ਬਿਲਕੁਲ ਦਰਦ ਵੀ ਹੈ, ਅੱਜ ਵੀ ਮਿਲਦੇ ਜਾਂ ਜੋ, ਮੈਂ ਵੇਖੇ ਮੇਰੇ ਦਾਦਾ ਜੀ ਦਾ ਇੱਕ ਦੋਸਤ ਆਇਆ ਸੀ, ਉਹ ਕਿਤੇ ਆਉਣ ਦਾ ਮੌਕਾ ਮਿਲਿਆ, ਮੁਸਲਮਾਨ ਸੀ, ਪਰ ਉਹਨਾਂ ਨੇ ਜੋ ਪਿਆਰ ਜੋ ਦਿਖਾਇਆ ਉਹਨਾਂ ਦਾ, ਉਹ ਮੈਨੂੰ ਬਹੁਤ ਅੱਛਾ ਲੱਗਾ, ਇੱਦਾਂ ਹੋਣਾ ਚਾਹੀਦਾ। ਤੁਹਾਡੀ ਕੋਸ਼ਿਸ਼ ਰਹੇਗੀ ਕਿ ਪਾਕਿਸਤਾਨ ਦੀ ਕਹਾਣੀ ਇੱਥੇ ਕੁਝ ਸ਼ੂਟ ਉੱਥੇ ਜਾ ਕੇ ਕਰੀਏ? ਪਰ ਮੇਰੀ ਮਨ ਦੀ ਇੱਛਾ ਹੈਗੀ ਕਿ ਮੈਂ ਪਾਕਿਸਤਾਨ ਤੋਂ ਚੱਲੇ ਜਿਹੜੀ ਨਾ ਚੀਜ਼ਾਂ ਨੂੰ ਦਿਖਾਉਣਾ ਹੈਗਾ, ਆਪਣੇ ਪੁਰਾਣੇ ਚੀਜ਼ਾਂ ਨੂੰ ਰਿਵਾਈਵ ਕਰਨਾ, ਯੰਗ ਜਨਰੇਸ਼ਨ ਨੂੰ ਦਿਖਾਉਣੀ ਹੈ ਵੀ ਇੱਥੇ ਕਿੰਨੇ ਸੈਕਰੀਫਾਈਸਿਸ ਹੁੰਦੇ ਸੀ, ਕਿੱਦਾਂ ਲਾਈਫ ਚੱਲਦੀ ਸੀ, ਕਿੰਨਾ ਪਿਆਰ ਹੁੰਦਾ ਸੀ, ਕਿੰਨੀ ਸ਼ਾਂਤੀ ਹੁੰਦੀ ਸੀ। ਅਤੇ ਅੱਜ ਤੁਸੀਂ ਦੇਖ ਲਓ, ਦੌੜ ਲੱਗੀ, ਦੌੜ ਇੰਨੀ ਦੌੜ, ਰੱਬ ਨੂੰ ਯਾਦ ਹੀ ਨਹੀਂ ਕਰਦਾ ਕੋਈ, ਇਨਸਾਨੀਅਤ ਮਰ ਚੁੱਕੀ, ਹੋਰੀ ਕੰਮਾਂ 'ਚ ਪੈ ਗਏ, ਜਿਹਨੂੰ ਪੁੱਛੋ ਟਾਈਮ ਹੈ ਨਹੀਂ, ਹੁਣ ਮੇਰੇ ਬੱਚੇ ਉਹਨਾਂ ਕੋਲ ਟਾਈਮ ਨਹੀਂ ਹੈਗਾ, ਮੈਂ ਮਤਲਬ ਕਿ ਇੰਨਾ ਫੈਡਅਪ ਹੋ ਜਾਂਦਾ ਵਾ ਕਿ ਮੈਂ ਹੈਲਪਲੈਸ ਹਾਂ, ਮੈਂ ਹੈਂਡੀਕੈਪਡ ਹਾਂ ਉੱਥੇ, ਮਤਲਬ ਉਹ ਸਿਸਟਮ 'ਚ ਮੈਂ ਚੱਲ ਹੀ ਨਹੀਂ ਸਕਦਾ, ਨਾ ਮੈਂ ਕੋਈ ਕੰਮ ਕਰ ਸਕਦਾ। ਵੀਕਐਂਡਸ ਵਾਲੇ ਹੋ ਗਏ ਨਾ ਰਿਸ਼ਤੇ, ਵੀਕਐਂਡ 'ਚ ਵੀ ਕੰਮ ਕਰਦੇ ਨੇ, ਆਪਣੀ ਇਕਾਨਮੀ ਨੂੰ ਸਟਰੋਂਗ ਕੀਤਾ ਉਹਨਾਂ ਨੇ, ਔਰ ਉਹ ਬੱਚਿਆਂ ਦਾ ਨਜਾਇਜ਼ ਫਾਇਦਾ ਉਠਾਇਆ ਇਹਨਾਂ ਨੇ, ਬਸ ਉਹ ਆਜ਼ਾਦੀ ਵਾਲੀ ਗੱਲ ਹੈ। ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਸਟਰਗਲ ਵੀ ਕੀਤਾ ਹੋਇਆ ਹੈ ਨਾ, ਇੱਕ ਟਾਈਮ 'ਤੇ ਤੁਹਾਡਾ ਬਹੁਤ ਵੱਡਾ ਬਿਜ਼ਨਸ ਹੈਗਾ ਇੱਥੇ ਪੂਰੇ ਪੰਜਾਬ ਦੇ ਵਿੱਚ, ਹੈ ਨਾ, ਬਟ ਇੱਕ ਟਾਈਮ ਉਹ ਵੀ ਆਇਆ ਕਿ ਜਿੱਥੇ ਕੁਛ ਨਹੀਂ ਰਿਹਾ, ਹੈ ਨਾ, ਬਟ ਤੁਸੀਂ ਫਿਰ ਵੀ ਹਾਰ ਨਹੀਂ ਮੰਨੀ। ਮੈਂ ਚਾਹੂੰਗੀ ਤੁਸੀਂ ਪਲੀਜ਼ ਆਪਣੀ ਸਟੋਰੀ ਦੇ ਨਾਲ ਜਿਹੜੇ ਅੱਜ ਦੀ ਨਿਊ ਜਨਰੇਸ਼ਨ ਹੈ ਜਿਹੜੇ ਪੇਸ਼ੈਂਸ ਨਹੀਂ ਰੱਖ ਪਾਉਂਦੇ ਆ, ਹੈ ਨਾ, ਸਾਡੇ ਵਰਗੇ ਇੱਕ ਥੋੜ੍ਹੀ ਜਿਹੀ ਗੱਲ ਹੋਵੇ ਪੈਨਿਕ ਹੋ ਜਾਂਦੇ ਆ, ਹੈ ਨਾ, ਅਸੀਂ, ਮੈਂ ਚਾਹੂੰਗੀ ਪਲੀਜ਼ ਤੁਸੀਂ ਦੱਸੋਗੇ ਕਿ ਪੇਸ਼ੈਂਸ ਕਿਵੇਂ ਰੱਖੇ ਆ ਇਹਨੇ। ਦੇਖੋ ਇਹ ਬਹੁਤ ਵੱਡੀ ਗੱਲ ਹੈ, ਬੜਾ ਅੱਛਾ ਕੁਐਸਚਨ ਹੈ ਤੁਹਾਡਾ, ਇਹ ਸਾਰਾ ਚੀਜ਼ਾਂ ਪੇਸ਼ੈਂਸ ਦੇ ਉੱਪਰ ਹੈਗੀਆਂ ਨੇ, ਅੱਜ ਕੱਲ੍ਹ ਪੇਸ਼ੈਂਸ ਨਹੀਂ ਹੈਗੀ ਬੱਚੇ, ਕੋਈ ਨਹੀਂ ਹੈਗੀ ਪੇਸ਼ੈਂਸ। ਮੈਂ ਜਦੋਂ ਐਡਾ ਵੱਡਾ ਬਿਜ਼ਨਸ ਕੀਤਾ, ਮੈਂ ਡਾਊਨ ਜਦੋਂ ਹੋਇਆ ਅਤੇ ਮੈਂ ਸਭ ਕੁਛ ਵੇਚ ਦਿੱਤਾ, ਕੋਈ ਇੱਕ ਚੀਜ਼ ਲੋਕਾਂ ਦੇ ਸਾਰੇ ਪੈਸੇ ਕਲੀਅਰ ਕਰਕੇ ਆਇਆ, ਪ੍ਰੋਪਰਟੀਆਂ ਸਭ ਕੁਝ, ਘਰ ਬਾਰ ਦੁਕਾਨਾਂ ਸਭ ਵੇਚਤੀਆਂ ਜੋ ਮੇਰੀਆਂ ਸੀ, ਲੇਕਿਨ ਮੈਂ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੁੰਦਾ ਸੀ। ਕਈਆਂ ਨੇ ਮੈਨੂੰ ਕੋਆਪਰੇਟ ਵੀ ਕੀਤਾ, ਉਹਨਾਂ ਨੇ ਚਲੋ, ਮੈਂ ਕਹਿੰਦਾ ਨਹੀਂ ਦੇਣੇ ਜ਼ਰੂਰ ਨੇ, ਭਾਵੇਂ ਕਿਸੇ ਨੂੰ ਕੱਟ ਦਿੱਤੇ ਨੇ, ਲੇਕਿਨ ਮੈਂ ਦਿੱਤੇ ਜ਼ਰੂਰ ਨੇ। ਉਸ ਟਾਈਮ 'ਤੇ ਯੂ ਵਿਲ ਨੋਟ ਬਿਲੀਵ, ਤੁਸੀਂ ਬਿਲੀਵ ਨਹੀਂ ਕਰੋਗੇ, ਉਸ ਟਾਈਮ ਦੇ ਉੱਤੇ ਮੈਂ ਇਕੱਲਾ ਰਹਿ ਗਿਆ ਸੀ, ਕੋਈ ਮੇਰੇ ਨਾਲ ਨਹੀਂ ਖੜਾ ਹੋਇਆ ਸੀ ਉੱਥੇ ਲਾਸਟ 'ਤੇ, ਮੈਂ ਬਿਲਕੁਲ ਇਕੱਲਾ ਰਹਿ ਗਿਆ, ਅਤੇ ਮੈਨੂੰ ਬੜਾ ਵੱਡਾ ਸ਼ੌਕ ਲੱਗਾ, ਮੈਂ ਡਿਪਰੈਸ਼ਨ 'ਚ ਵੀ ਆ ਗਿਆ ਸੀਗਾ। ਓਕੇ, ਫਿਰ ਮੈਨੂੰ ਆਇਆ, ਰੱਬ ਦਾ ਨਾਂ ਲੈਂਦਾ ਸੀ, ਫਿਰ ਮੇਰਾ ਧਿਆਨ ਨਹੀਂ ਜਾਂਦਾ ਸੀ, ਮੈਂ ਅੰਮ੍ਰਿਤਸਰ ਗੁਰੂ ਰਾਮਦਾਸ ਦੇ ਚਲੀ ਗਿਆ, ਉੱਥੇ ਉੱਥੋਂ ਜਾ ਕੇ ਮਾਫੀਆਂ ਮੰਗੀਆਂ ਕਿ ਮੇਰੇ ਕੋਲ ਕੋਈ ਗਲਤੀਆਂ ਹੋਈਆਂ, ਮੇਰਾ ਡਾਊਨਫਾਲ ਆਇਆ, ਸ਼ੋਰ ਮੈਂ ਕੀਤੀਆਂ ਵੀ ਨੇ ਗਲਤੀਆਂ, ਮੈਂ ਨਹੀਂ ਮੰਨਦਾ ਮੈਂ ਨਹੀਂ ਕੀਤੀਆਂ ਗਲਤੀਆਂ, ਵੱਡੀਆਂ ਗਲਤੀਆਂ ਵੀ ਕੀਤੀਆਂ ਨੇ, ਪ੍ਰਾਊਡ 'ਚ ਵੀ ਆ ਗਏ ਸੀ, ਜਿਹੜੀ ਮੇਰੀ ਇੱਕ ਸਭ ਤੋਂ ਬਲੰਡਰ ਸੀ, ਇੰਨਾ ਨਾ ਲੋਕ ਜਦੋਂ ਪੈਸਾ ਲੈ ਕੇ ਆਉਂਦੇ ਸੀ ਮੇਰੇ ਕੋਲ, ਸਾਨੂੰ ਤੁਹਾਡੇ ਨਾਲ ਕੰਮ ਕਰਨਾ ਹੈਗਾ, ਉਹ ਬਸ ਉਹ ਚੀਜ਼ਾਂ ਹੀ ਮੈਨੂੰ ਮਾਰ ਦਿੱਤੀ,
ਅਤੇ ਮੈਂ ਰੱਬ ਨੇ ਮੈਨੂੰ ਐਸਾ ਦਿਨ ਦਿਖਾਤਾ ਜਿਹੜਾ ਮੈਂ ਕਦੀ ਸੋਚਿਆ ਹੀ ਨਹੀਂ ਸੀ। ਮੇਰੇ ਡਾਊਨਫਾਲ ਦੇ ਵਿੱਚ ਇੱਦਾਂ ਗਿਰਿਆ ਜਿੱਦਾਂ ਬਣਾਉਣ ਨੂੰ ਅੰਪਾਇਰ ਬਣਾਉਣ ਨੂੰ ਬਹੁਤ ਟਾਈਮ ਲੱਗਾ, ਲੇਕਿਨ ਗਿਰਿਆ ਇੱਦਾਂ ਇੰਨੇ ਸ਼ੋਰਟ ਟਾਈਮ 'ਚ, ਇੱਕ ਮਿੰਟ 'ਚ ਰੋਡ 'ਤੇ ਆ ਗਿਆ ਸੀ ਮੈਂ। ਅਤੇ ਮੈਂ ਉੱਥੇ ਜਾਂਦਾ ਸੀ ਗੁਰੂ ਰਾਮਦਾਸ ਜੀ ਦੇ, ਉੱਥੇ ਮਾਫੀਆ ਮੰਗਦਾ ਹਰ ਹਫ਼ਤੇ ਜਾਂਦਾ ਸੀ। ਮੈਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਗਈ, ਮਤਲਬ ਮੈਂ ਇੱਦਾਂ ਦਾ ਪੈਨਿਕਸ ਮੈਨੂੰ ਹੋ ਗਿਆ ਸੀ, ਡਿਪਰੈਸ਼ਨ ਹੋ ਗਿਆ ਸੀ, ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ। ਇੰਨੀ ਸਿਚੁਏਸ਼ਨ ਮੈਂ ਔਡ ਦੇਖ ਲਈ, ਉੱਥੇ ਵੀ ਨੌਕਰੀ ਕੀਤੀ ਮੈਂ ਜਲੰਧਰ ਵੀ। ਹਾਂਜੀ, ਤਾਂ ਉਹ ਫਿਰ ਦੇਖੋ ਇਹ ਮੈਂ ਅੱਜ ਵੀ ਕਹਾਂਗਾ ਜੀ, ਮੈਂ ਮੇਰਾ ਇੱਕ ਮੈਸੇਜ ਵੀ ਇਹ ਹੈ ਸਾਰਿਆਂ ਨੂੰ ਕਿ ਕਦੇ ਹੰਕਾਰ ਨਾ ਲਿਆਓ, ਇਹ ਹੰਕਾਰ ਬੜੀ ਮਾੜੀ ਚੀਜ਼ ਹੈਗੀ। ਰੱਬ ਮੌਕਾ ਦਿੰਦਾ ਤੁਹਾਨੂੰ, ਪੈਸਾ ਦੇਗਾ ਦਿੰਦਾ, ਪੈਸਾ ਦਿੰਦਾ ਦਿੰਦਾ ਦਿੰਦਾ। ਜਦੋਂ ਤੁਸੀਂ ਪੈਸੇ ਨੂੰ ਮਿਸਯੂਜ਼ ਕਰਨ ਲੱਗ ਪਓ, ਆਪਣੇ ਤੁਸੀਂ ਕਹੋ ਜੀ ਬਸ ਮੈਂ ਹੈਗਾ ਵਾਂ, ਮੇਰੇ ਵਰਗਾ ਕੋਈ ਹੋ ਨਹੀਂ ਸਕਦਾ, ਇਹ ਗਲਤ ਥਿਊਰੀ ਹੈਗੀ ਹੈ। ਉਹ ਸਭ ਉੱਪਰ ਦੇਖਦਾ, ਉਹਨੇ ਜਦੋਂ ਕਹਿੰਦੇ ਲਾਠੀ ਦੀ ਪੈਂਦੀ ਨਾ ਵਾਹ, ਸੱਟ ਦੀ ਆਵਾਜ਼ ਵੀ ਨਹੀਂ ਆਉਂਦੀ। ਅੱਜ ਵੀ ਬੜੇ ਲੋਕ ਨੇ ਮੈਂ ਵੇਖਦਾ ਵਾਂ ਉਹਨਾਂ ਨੂੰ, ਪਰ ਉਹ ਨਾ ਸਮਝਣ ਕਿ ਅਸੀਂ ਆਹ ਸਦਾ ਇੱਦਾਂ ਹੀ ਰਹਿਣਾ ਹੈਗਾ, ਇਹ ਫਰਕ ਪੈਂਦਾ ਹੈਗਾ। ਸੋ ਇੱਕ ਇਨਸਾਨੀਅਤ ਦੇ ਉੱਪਰ ਚੱਲੋ, ਤੁਹਾਡੇ ਕੋਲ ਕੋਈ ਚੱਲ ਕੇ ਆਉਂਦਾ ਉਹਨਾਂ ਕਰੋ ਤੁਸੀਂ ਕੰਮ, ਲੇਕਿਨ ਜਿਹੜੀ ਪੇਸ਼ੈਂਸ ਹੈ ਉਹ ਬਹੁਤ ਜ਼ਰੂਰੀ ਹੈਗੀ ਹੈ। ਕਿਉਂਕਿ ਪੇਸ਼ੈਂਸ ਹੀ ਮੈਂ ਰੱਖੀ, ਉਸ ਮਾਲਕ ਨੇ ਮੈਨੂੰ ਪੇਸ਼ੈਂਸ ਦੀ ਇੱਕ ਉਹ ਸੋਚ ਦੇ ਦਿੱਤੀ, ਪਰ ਮੈਨੂੰ ਅਜੇ ਵੀ ਬੜਾ ਹੋ ਜਾਂਦਾ, ਮੈਂ ਕਈ ਵਾਰੀ ਹੁੰਦਾ, ਪਰ ਮੈਂ ਬੈਕਗਰਾਊਂਡ ਆਪਣੀ ਯਾਦ ਨਹੀਂ ਕਰਦਾ ਹੈਗਾ, ਕੁਛ ਨਹੀਂ ਕਰਦਾ ਯਾਦ ਕਰਦਾ, ਪਰ ਮੈਨੂੰ ਕਹਿੰਦੇ ਮੈਂ ਕਰਾਂ ਕੁਛ, ਮੇਰਾ ਇਹੀ ਚੱਲਦਾ ਰਿਹਾ, ਮੈਂ ਹੁਣ ਅੱਗੋਂ ਅੱਗੋਂ ਕਰਨਾ, ਅੱਗੋਂ ਕੀ ਕਰਨਾ ਹੈਗਾ। ਮੇਰੀ ਫੈਮਿਲੀ ਵੀ ਮੇਰੇ ਨਾਲ ਬਹੁਤ ਨਾਰਾਜ਼ ਹੈਗੀ ਹੈ ਕਿ ਤੁਸੀਂ ਫਿਲਮਾਂ ਬਣਾਈ ਜਾਂਦੇ ਹੋ, ਕੋਈ ਮੈਂ ਇੰਨਾ ਪੈਸਾ ਵੀ ਨਹੀਂ ਕਮਾਇਆ, ਨੂਰੀ 'ਚ ਮੈਂ ਪੈਸਾ ਕਮਾਇਆ, ਜਿੱਥੇ ਮੇਰਾ ਇੱਕ ਲੋਕਾਂ ਨੂੰ ਥੋੜ੍ਹਾ ਟਰੱਸਟ ਹੋਇਆ ਕਿ ਵਾਕਈ ਇਹਨੂੰ ਕੁਛ ਨਾ ਕੁਛ ਹੁਣ ਮਿਲਿਆ ਹੈਗਾ। ਅਤੇ ਮੈਂ ਤੁਹਾਨੂੰ ਇੱਕ ਲਾਸਟ ਹੋਰ ਬਣਾਉਣੀ ਸੀ, 9 ਬਣਾਈਆਂ ਸੀ ਫਿਲਮਾਂ, 10 ਵੀ ਬਣਾਉਣੀ ਸੀ, ਅਤੇ ਮੈਂ ਕਿਹਾ ਸੀ ਫਿਰ ਮੈਂ ਕੰਮ ਨਹੀਂ ਕਰਨਾ ਹੈਗਾ ਕਿਉਂਕਿ ਪੈਸੇ ਵੀ ਨਹੀਂ ਹੈਗੇ। ਦੇਖੋ ਰੱਬ ਨੇ ਇੰਨੀ ਮਿਹਰ ਕੀਤੀ, ਨੂਰੀ 'ਚ ਲਾ ਦਿੱਤੀ, ਉਹ ਕੰਸੈਪਟ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ, ਇੰਨਾ ਪਰਸਨਲ ਮਿਲਦੇ ਨੇ ਨਾ ਜੀ, ਬਹੁਤ ਐਪਰੀਸ਼ੀਏਟ ਕੀਤਾ ਕਿ ਵਾਕਈ ਕੋਈ ਕੰਸੈਪਟ ਨਿਕਲਿਆ ਹੈਗਾ ਇਸ ਚੀਜ਼ ਦੇ ਉੱਤੇ ਹੈਗਾ। ਅਤੇ ਫਿਰ ਉਸੇ ਕਰਕੇ ਉਸ ਮਾਲਕ ਦਾ ਸ਼ੁਕਰ ਕਰਦੇ ਹਾਂ, ਇਹ ਹੁਣ ਫਿਲਮ ਬਣਾਈਏ, ਦੇਖੋ ਜੇ ਚੰਗਾ ਰਿਜ਼ਲਟ ਮਿਲੇ ਅਤੇ ਹੋਰ ਅੱਗੇ। ਅਸੀਂ ਤਾਂ ਇਹੀ ਉਮੀਦ ਕਰਦੇ ਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ ਅਤੇ ਤੁਸੀਂ ਕਦੀ ਹੌਸਲਾ ਨਹੀਂ ਛੱਡਿਆ। ਤੁਹਾਡੀ ਕਹਾਣੀ ਤੋਂ ਮੈਨੂੰ ਇਹੀ ਪਤਾ ਲੱਗਾ ਕਿ ਬਿਲਕੁਲ ਇੱਕ ਤਾਂ ਹਲੀਮੀ ਜਿਹੜੀ ਆ ਰੱਖਣੀ ਬਹੁਤ ਜ਼ਰੂਰੀ ਹੈ ਹਰ ਇਨਸਾਨ ਨੂੰ ਆਪਣੇ ਅੰਦਰ, ਅਤੇ ਦੂਜਾ ਸਬਰ ਨਾ ਕਦੀ ਛੱਡੋ, ਹੈ ਨਾ, ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ, ਕਿਸੇ ਹੋਰ 'ਤੇ ਨਹੀਂ ਰੱਖਣਾ, ਆਪਣੇ ਆਪ 'ਤੇ ਤਾਂ ਰੱਬ 'ਤੇ ਜ਼ਰੂਰ ਰੱਖੋ, ਕਦੇ ਹੰਕਾਰ ਨਾ ਕਰੋ, ਬਿਲਕੁਲ। ਸੋ ਥੈਂਕ ਯੂ ਸੋ ਮੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਐਂਡ ਨੂਰੀ ਰਿਟਰਨਸ ਲਈ ਬਹੁਤ ਬਹੁਤ ਗੁੱਡ ਵਿਸ਼ਿਸ਼ ਤੁਹਾਨੂੰ, ਜਿੰਨਾ ਨੂਰੀ ਨੂੰ ਪਿਆਰ ਮਿਲਿਆ ਉਹਨਾਂ ਨੂਰੀ ਰਿਟਰਨਸ ਨੂੰ ਵੀ ਮਿਲਿਆ, ਉਸ ਤੋਂ ਡਬਲ ਮਿਲਿਆ, ਅਸੀਂ ਇਹੀ ਕਹਿੰਦੇ ਹਾਂ, ਤਾਂ ਕਿ ਤੁਹਾਡੇ ਜਿਹੜੇ ਹੋਰ ਸੁਪਨੇ ਆ ਆਪਣੀ ਕਹਾਣੀਆਂ ਨੂੰ ਲੈ ਕੇ ਉਹ ਤੁਸੀਂ ਲੋਕਾਂ ਤੱਕ ਜਿਹੜੀ ਉਹ ਪਹੁੰਚਾ ਸਕੋ। ਸਾਡੇ ਵਿਊਰਸ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ? ਹਾਂਜੀ, ਥੈਂਕ ਯੂ ਵੈਰੀ ਮੱਚ, ਤੁਹਾਡੀ ਟੀਮ ਦਾ ਸਪੈਸ਼ਲ, ਤੁਸੀਂ ਜਲੰਧਰ ਤੋਂ ਆਏ ਹੋ ਚੰਡੀਗੜ੍ਹ, ਬਹੁਤ ਅੱਛਾ ਲੱਗਾ, ਤੁਸੀਂ ਇੰਟਰਵਿਊ ਬੜੀ ਅੱਛੀ ਕੀਤੀ ਹੈ, ਔਰ ਆਪਾਂ ਵਾਕਈ ਬੜੇ ਸੱਚਾਈ 'ਤੇ ਚੱਲੇ ਹਾਂ, ਔਰ ਮੈਂ ਇਹਦੇ 'ਚ ਜੋ ਵੀ ਤੁਹਾਡੇ ਕੁਐਸਚਨਸ ਨੇ ਪੂਰਾ ਸੱਚਾਈ ਨਾਲ ਜਵਾਬ ਦਿੱਤਾ, ਮੈਂ ਕੋਈ ਉਹ ਨਹੀਂ ਕੀਤਾ ਹੈਗਾ, ਮੇਰੇ ਅੰਦਰ ਸੱਚਾਈ ਹੈ, ਇਨਸਾਨੀਅਤ ਹੈ, ਉਹ ਮੇਰੀ ਚੱਲਦੀ ਰਹੇ, ਮੈਂ ਲੋਕਾਂ ਨੂੰ ਅੱਛੀਆਂ ਫਿਲਮਾਂ ਬਣਾਵਾਂ, ਮੇਰਾ ਇਹ ਹੀ ਹੈ, ਜਦੋਂ ਤੱਕ ਮੇਰੀ ਲਾਈਫ ਹੈ ਮੇਰੀ, ਆਈ ਪ੍ਰੇ ਟੂ ਗੋਡ ਕਿ ਉਹਦਾ ਮੈਂ ਫਿਲਮਾਂ ਦੇ ਕੰਮ 'ਚ ਰਹਾਂ, ਅੱਛੀਆਂ ਫਿਲਮਾਂ, ਅੱਛੇ ਮੈਸੇਜ ਬਣਾਵਾਂ। ਮੇਰੇ ਕੋਲ 3-4 ਕੰਸੈਪਟ ਹੋਰ ਹੈਗੇ ਨੇ ਜੀ ਜਿਹੜੇ ਮੈਂ ਕਰਨਾ ਚਾਹੁੰਦਾ, ਜਿੱਥੋਂ ਕਾਫੀ ਅੱਛਾ ਲੈਸਨ ਮਿਲੇਗਾ ਲੋਕਾਂ ਨੂੰ। ਬਿਲਕੁਲ, ਐਂਡ ਦੇ ਵਿੱਚ ਤਾਂ ਲੈਸਨਸ ਹੀ ਜ਼ਰੂਰੀ ਹੁੰਦੇ ਆ, ਹੈ ਨਾ, ਕਹਾਣੀਆਂ ਲੈਸਨਸ ਦੇਣ ਲਈ ਬਣਦੀ ਹੈ। ਸੋ ਆਈ ਹੋਪ ਕਿ ਲੋਕ ਜਦੋਂ ਦੇਖਦੇ ਆ ਤਾਂ ਉਸ ਤੋਂ ਜ਼ਰੂਰ ਕੋਈ ਸਬਕ ਲੈਣ। ਸਾਡੇ ਨਾਲ ਗੱਲਬਾਤ ਕਰਨ ਲਈ, ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਸ ਇਨਸਾਨ ਨਾਲ ਪਰਮਜੀਤ ਖਨੇਜਾ ਸੀ, ਉਮੀਦ ਕਰਦੇ ਹਾਂ ਕਨਵਰਸੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇਗੀ, ਔਰ ਉਹਨਾਂ ਦੀ ਫਿਲਮ ਨੂਰੀ ਜਿਹੜੀ ਆਲਰੇਡੀ ਯੂਟਿਊਬ 'ਤੇ ਹੈ, ਤੁਸੀਂ ਪਲੀਜ਼ ਦੱਸੋ ਕਿੱਥੇ ਜਾ। ਹਾਂਜੀ, ਛੁਪਾਲ 'ਤੇ ਵੀ ਤੁਸੀਂ ਦੱਸੋ ਕਿ ਯੂਟਿਊਬ 'ਤੇ ਕਿੱਥੇ ਵੇਖ ਸਕਦੇ, ਵੈਸੇ ਨੂਰੀ ਸਰਚ ਕਰਨ ਨਾਲ ਹੀ ਆ ਜਾਓ। ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜੀ, ਮੇਰੀ ਕੰਪਨੀ ਉਹ 'ਚ ਹੈਗੀ ਅਰਾ ਪ੍ਰੋਡਕਸ਼ਨ, ਯੂਟਿਊਬ 'ਚ ਅਰਾ ਪ੍ਰੋਡਕਸ਼ਨ ਤੁਸੀਂ ਖੋਲੋ,
ਉਹਦੇ 'ਚ ਮੇਰੀਆਂ ਸਾਰੀਆਂ ਮੇਰਾ ਪ੍ਰੋਫਾਈਲ ਮੇਰੀਆਂ ਸਾਰੀਆਂ ਪਿਕਚਰ ਆਉਣਗੀਆਂ, ਤੁਸੀਂ ਦੇਖ ਸਕਦੇ ਹੋ, ਜ਼ਰੂਰ ਦੇਖਣਾ। ਮੇਰੀਆਂ ਸਾਰੀਆਂ ਹੀ ਫਿਲਮਾਂ ਬੜੀ ਬੜੀ ਇੱਕ ਸੱਚਾਈ ਇਨਸਾਨੀਅਤ ਦੇ ਉੱਤੇ ਚੱਲਦੀਆਂ ਵੀ ਨੇ। ਔਰ ਤੁਹਾਨੂੰ ਪਤਾ ਅੱਜ ਦੇ ਲਾਈਫ 'ਚ ਬੜੀ ਸਟਰਗਲ ਵੱਧ ਗਈ ਹੈ, ਬਹੁਤ ਕੁਛ ਹੋ ਗਿਆ, ਲੇਕਿਨ ਮੈਂ ਇਹ ਮੈਸੇਜ ਦੇਵਾਂਗਾ ਕਿ ਜਿਹੜਾ ਆਪਾਂ ਇਸ ਭੱਜ ਦੌੜ 'ਚ ਪੈ ਗਏ ਹਾਂ, ਬੱਚਿਆਂ ਨੂੰ ਖਾਸ ਕਰਕੇ ਆਪਣੇ ਸੰਸਕਾਰ ਜੋ ਪਿੱਛੇ ਚੱਲਦੇ ਆ ਰਹੇ ਨੇ ਉਹਨਾਂ ਨੂੰ ਨਾ ਭੁੱਲੋ। ਤੁਸੀਂ ਠੀਕ ਹੈ, ਅੱਜ ਟਾਈਮ ਬਦਲ ਗਿਆ, ਤੁਸੀਂ ਐਡਵਾਂਸ ਹੋ ਜਾਓ, ਕੋਈ ਗੱਲ ਨਹੀਂ, ਪਰ ਜਿਹੜਾ ਸਾਡਾ ਬੇਸ ਕਲਚਰ ਇੱਕ ਪੰਜਾਬ ਦਾ ਹੈਗਾ ਉਹਨੂੰ ਕਦੀ ਨਾ ਭੁੱਲਣਾ। ਤੁਸੀਂ ਜ਼ਿੰਦਗੀ 'ਚ ਕਦੀ ਮਾਰ ਨਹੀਂ ਖਾਓਗੇ, ਕਾਮਯਾਬ ਰਹੋਗੇ। ਖਾਸ ਕਰਕੇ ਮੈਂ ਕਹਿੰਦਾ ਵਾਂ ਆਪਣੇ ਮਾਂ ਪਿਓ ਨੂੰ, ਆਪਣੇ ਮਾਂ ਪਿਓ ਨੂੰ ਉਹਨਾਂ ਦੀ ਪੂਰੀ ਸੇਵਾ ਕਰਨਾ, ਕਿਉਂਕਿ ਅੱਜ ਕੱਲ੍ਹ ਦਾ ਸਮਾਂ ਇਹ ਆ ਗਿਆ। ਮੈਂ ਪ੍ਰੈਕਟੀਕਲ ਦੇਖਿਆ ਹੈਗਾ ਵੇ ਕਿ ਜਿਹੜੇ ਜਦੋਂ ਮਾਂ ਬਾਪ ਹੁਣ ਬੁੱਢੇ ਹੋ ਗਏ ਨੇ ਅਤੇ ਉਹਨਾਂ ਕੋਲ ਬੱਚੇ ਹੀ ਹੈ ਨਹੀਂ, ਉਹਨਾਂ ਦਾ ਕੀ ਹਾਲ ਹੈ। ਮੈਂ ਇੱਕ ਪ੍ਰੈਕਟੀਕਲੀ ਅੰਮ੍ਰਿਤਸਰ ਗਿਆ ਸੀ ਹੁਣ ਮੱਥਾ ਟੇਕਣ, ਮੈਂ ਆਪਣੇ ਦੋਸਤ ਕੋਲ ਗਿਆ, ਉਹ ਇੰਨਾ ਅੱਛਾ ਵੱਡਾ ਬਿਜ਼ਨਸਮੈਨ ਔਰ ਇੰਨਾ ਅੱਛਾ ਸੀ ਸੰਸਕਾਰਾਂ ਵਾਲਾ, ਉਹਦੀ ਪਿਛੇ ਇਹ ਸੀ ਕਿ ਵਿਚਾਰਾ ਮੈਂ ਉਹਦੇ ਆਫਿਸ ਗਿਆ ਅਤੇ ਬਿਲਕੁਲ ਬੁੱਢਾ ਹੋਇਆ ਪਿਆ, ਅਤੇ ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਕੀ ਗੱਲ, ਤੁਹਾਡੀ ਹਾਲਤ ਕੀ ਹੋ ਗਈ, ਆਪਣੇ ਆਫਿਸ 'ਚ ਬੈਠਾ, ਆਪਣੇ ਸ਼ੋਰੂਮ 'ਚ ਬੈਠਾ। ਮੈਂ ਕਿਹਾ ਇਹ ਕਿ ਤੁਹਾਡੀ ਹਾਲਤ ਸਿਹਤ ਖਰਾਬ ਹੋ ਗਈ? ਕਹਿੰਦੇ ਹਾਂ ਵਾਕਈ ਹੋ ਗਈ। ਮੈਂ ਕਿਹਾ ਗੱਲ ਕੀ ਹੈਗੀ ਹੈ? ਕਹਿੰਦਾ ਮੇਰਾ ਇੱਕੋ ਇੱਕ ਮੁੰਡਾ ਹੈਗਾ ਅਤੇ ਉਹ ਮੈਨੂੰ ਪੁੱਛਦਾ ਵੀ ਨਹੀਂ ਅਤੇ ਨਾ ਮੈਨੂੰ ਕਿੱਥੇ ਜਾਂਦਾ। ਉਹਨਾਂ ਨੇ ਆਪਣੀ ਸਿਸਟਰ ਨੂੰ ਡਾਕਟਰ ਦੇ ਭੇਜਣਾ ਸੀ, ਉਹਨੂੰ 10 ਫੋਨ ਕੀਤੇ, 12:30 ਵਜੇ ਉੱਠਿਆ ਉਹ, ਅਤੇ ਉਧਰੋਂ ਅਪਾਇੰਟਮੈਂਟ ਸੀ, ਅਤੇ ਉਹ ਵਿਚਾਰਾ ਤਰਲੇ ਕਰੇ, ਪਲੀਜ਼ ਆ ਜਾ, ਆਨਾ ਜੀ ਮੈਂ ਆਨਾ ਨਾ, ਇੱਦਾਂ ਪਿਆ ਉਹਨੂੰ। ਮੈਨੂੰ ਬਹੁਤ ਬੁਰਾ ਲੱਗਾ ਅਤੇ ਮੈਂ ਉਹਨਾਂ ਨੂੰ ਫਿਰ ਕਿਹਾ, ਮੈਂ ਕਿਹਾ ਮੈਂ ਆਫਟਰ ਅਪਸੈਟ ਹੋ ਗਿਆ, ਹੁਣ ਮੈਂ ਇਸੇ ਕੰਸੈਪਟ ਦੇ ਉੱਪਰ ਫਿਲਮ ਬਣਾ ਰਿਹਾ, ਬੁਢਾਪਾ। ਇੱਦਾਂ ਮੇਰੇ ਆਈਡੀਆਜ਼ ਆਉਂਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਤੋਂ ਸਿੱਖ ਲੈਣੀ ਚਾਹੀਦੀ, ਖਾਸ ਕਰ ਬੱਚਿਆਂ ਨੂੰ ਜਿਹੜੇ ਹੈ ਨਾ, ਆਪਣੇ ਮਾਂ ਪਿਓ ਦਾ ਬਿਲਕੁਲ ਖਿਆਲ ਰੱਖਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਜਗਬਾਣੀ ਅਤੇ ਬਾਲੀਵੁੱਡ ਤੜਕਾ ਪੰਜਾਬੀ ਨਾਲ। ਅਗਲੀ ਵਾਰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।